ਬਾਬਾ ਦੀਪ ਸਿੰਘ ਬਗੈਰ ਸੀਸ ਤੋਂ ਲੜ ਹੀ ਨਹੀਂ ਗਾ ਸਕਦਾ, ਸਿੱਖੋ ਤੁਸੀਂ ਲੋਕਾਂ ਨੂੰ ਪਾਗਲ ਬਣਾਇਆ। ਬੰਦਾ ਪੁੱਛੇ ਕਿ ਅੱਖਾਂ ਤੋਂ ਬਗੈਰ ਕਿਸ ਤਰ੍ਹਾਂ ਲੜ ਸਕਦਾ ਵੈ, ਵੀ ਧੋਣ ਥੱਲੇ ਡਿੱਗੀ ਹੋਵੇ, ਸਾਹ ਹੀ ਨਾ ਆਉਂਦਾ ਹੋਵੇ, ਨਾ ਨਜ਼ਰ ਆਉਂਦਾ ਹੋਵੇ ਤਾਂ ਬੰਦਾ ਲੜਦਾ ਹੋਵੇ? ਇਹ ਨਹੀਂ ਮੰਨਣ 'ਚ ਨਹੀਂ ਆਉਂਦਾ, ਹੈਂ, ਮੰਨਣ 'ਚ ਨਹੀਂ ਨਾ ਆਉਂਦਾ। ਅੱਜ ਕੱਲ੍ਹ ਦੇ ਲੋਕ ਬੜੇ ਪੜ੍ਹ ਲਿਖ ਗਏ, ਆਪਣੇ ਆਪ ਨੂੰ ਪੜ੍ਹ ਲਿਖ ਕੇ ਅਤੇ ਦੁਨੀਆ ਨੂੰ ਦੱਸਦੇ ਅਸੀਂ ਬੜੇ ਪੜ੍ਹ ਲਿਖ ਗਏ, ਪਰ ਇੰਨਾ ਨਹੀਂ ਪਤਾ ਅੰਨੇ ਦੇ ਅੰਨੇ ਮੁਸਲਮਾਨ। ਐਸਾ ਜਵਾਬ ਦੇਵਾਂਗਾ, 14 ਤਬਕ ਰੋਸ਼ਨ ਹੋਣਗੇ। ਹਾਂ, ਪਹਿਲੇ ਆਪਾਂ ਵੀਡੀਓ ਦੇਖਦੇ ਹਾਂ। ਜੇਕਰ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਨ ਤਾਂ ਅਨੰਦਪੁਰ ਸਾਹਿਬ ਦੇ ਘੇਰੇ ਵੇਲੇ ਕਿੱਥੇ ਸਨ? ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਦੇ ਹਨ, ਪਰਿਵਾਰ ਵਿਛੋੜਾ ਹੁੰਦਾ ਹੈ, ਵੱਡੇ ਸਾਹਿਬਜ਼ਾਦਿਆਂ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਹੁੰਦੀ ਹੈ, ਉਸ ਵੇਲੇ ਬਾਬਾ ਦੀਪ ਸਿੰਘ ਜੀ ਕਿੱਥੇ ਸਨ? ਇੰਨਾ ਕੁਝ ਵਾਪਰਨ ਤੋਂ ਬਾਅਦ ਵੀ ਬਾਬਾ ਦੀਪ ਸਿੰਘ ਜੀ ਸਾਹਮਣੇ ਕਿਉਂ ਨਹੀਂ ਆਏ? ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਕਿਹੜਾ ਖਿਤਾਬ ਦਿੱਤਾ ਸੀ? ਦਮਦਮੀ ਟਕਸਾਲ ਦੇ ਨਾਲ ਨਾਲ ਬਾਬਾ ਦੀਪ ਸਿੰਘ ਜੀ 12 ਮਿਸਲਾਂ ਵਿੱਚੋਂ ਕਿਸ ਮਿਸਲ ਦੇ ਮੁਖੀ ਸਨ? ਕਿ ਸੱਚਮੁੱਚ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਤੋਂ ਅਲੱਗ ਹੋ ਗਿਆ ਸੀ ਜਾਂ ਸਿਰਫ ਧੌਣ 'ਤੇ ਡੂੰਘਾ ਫੱਟ ਲੱਗਾ ਸੀ? ਕੀ ਹੈ ਉਹਨਾਂ ਦੀ ਆਖਰੀ ਜੰਗ ਦਾ ਪੂਰਾ ਇਤਿਹਾਸ? ਅੱਜ ਦੀ ਵੀਡੀਓ ਬੜੀ ਜ਼ਿਆਦਾ ਇੰਟਰਸਟਿੰਗ ਹੈ, ਐਸਾ ਜਵਾਬ ਮਿਲੇਗਾ 14 ਤਬਕ ਰੋਸ਼ਨ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਤੁਸੀਂ ਵੀਡੀਓ ਦੀ ਇੰਟਰੋ ਸੁਣ ਕੇ ਹਟਿਓ, ਜਿਹਦੇ ਵਿੱਚ ਮੈਂ ਕੁਝ ਸਵਾਲ ਕੀਤੇ ਨੇ ਕਿ ਬਾਬਾ ਦੀਪ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ ਆ, ਪਰਿਵਾਰ ਵਿਛੋੜਾ ਹੁੰਦਾ ਜਾਂ ਸਾਹਿਬਜ਼ਾਦੇ ਦੀ ਸ਼ਹੀਦੀ ਹੁੰਦੀਆਂ ਨੇ, ਉਸ ਵੇਲੇ ਕਿੱਥੇ ਸਨ? ਦਰਅਸਲ ਇਹ ਕੋਈ ਇੰਟਰੋ ਨਹੀਂ, ਇਹ ਅਸਲ 'ਚ ਪੁੱਛੇ ਗਏ ਸਵਾਲ ਨੇ ਜੋ ਕਿਸੇ ਨੇ ਮੈਨੂੰ ਕੀਤੇ ਸੀ। ਉਸ ਵੇਲੇ ਤਾਂ ਮੈਂ ਉਹਨੂੰ ਇਹਨਾਂ ਸਵਾਲਾਂ ਦੇ ਜਵਾਬ ਦੇ ਦਿੱਤੇ, ਪਰ ਫਿਰ ਬਾਅਦ ਵਿੱਚ ਮੇਰੇ ਮਨ 'ਚ ਆਇਆ ਕਿ ਜਿਵੇਂ ਇਸ ਵੀਰ ਦੇ ਮਨ 'ਚ ਇਹ ਸਵਾਲ ਨੇ, ਉਵੇਂ ਹੀ ਹੋ ਸਕਦਾ ਬਹੁਤ ਸਾਰੀ ਸੰਗਤ ਦੇ ਮਨ 'ਚ ਸਵਾਲ ਹੋਣ। ਸੋ ਉਹਨਾਂ ਸਵਾਲਾਂ ਦੇ ਜਵਾਬ ਲੈ ਕੇ ਅਤੇ ਬਾਬਾ ਦੀਪ ਸਿੰਘ ਜੀ ਦੇ ਪੂਰੇ ਜੀਵਨ ਦਾ ਇਤਿਹਾਸ ਲੈ ਕੇ ਅੱਜ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਇਹਨਾਂ ਸਵਾਲਾਂ ਦੇ ਜਵਾਬ ਦਿੰਦੇ ਹੋਏ ਬਾਬਾ ਦੀਪ ਸਿੰਘ ਜੀ ਦੇ ਜੀਵਨ ਉੱਪਰ ਆਪਾਂ ਇੱਕ ਪੂਰੀ ਵੀਡੀਓ ਬਣਾ ਰਹੇ ਹਾਂ, ਅਤੇ ਇਸੇ ਵੀਡੀਓ ਦੇ ਵਿੱਚ ਆਪਾਂ ਬਾਬਾ ਦੀਪ ਸਿੰਘ ਜੀ ਦੀ ਆਖਰੀ ਜੰਗ ਦਾ ਪੂਰਾ ਵਰਣਨ ਕਰਾਂਗੇ। ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਬਾਬਾ ਦੀਪ ਸਿੰਘ ਜੀ ਦੇ ਜੇਕਰ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਕੈਪਸੀਅਨ ਸਾਗਰ ਅਤੇ ਮਿਡਲ ਏਸ਼ੀਆ ਤੋਂ ਕੁਝ ਫਿਰਕੂ ਕਬੀਲੇ ਪੰਜਾਬ 'ਚ ਆ ਕੇ ਪਿੰਡਾਂ ਦੇ ਰੂਪ ਵਿੱਚ ਰਹਿਣ ਲੱਗ ਪਏ। ਪੰਜਾਬ ਦੀ ਉਪਜਾਊ ਜ਼ਮੀਨ ਅਤੇ ਸਾਫ਼ ਸੁਥਰੇ ਹਵਾ ਪਾਣੀ ਦੇ ਵਿੱਚ ਇਹ ਲੋਕ ਪਰਿਵਾਰਾਂ ਦੇ ਰੂਪ ਵਿੱਚ ਵਧਣ ਫੁੱਲਣ ਲੱਗੇ। ਇਹਨਾਂ ਨੇ ਆਪਣੇ ਸੱਭਿਆਚਾਰ ਅਨੁਸਾਰ ਆਪਣੀਆਂ ਗੋਤਾਂ ਵੀ ਬਣਾ ਲਈਆਂ, ਜਿਵੇਂ ਸੂਰਜਵੰਸ਼ੀਆਂ ਨੇ ਆਪਣੀ ਗੋਤ ਸੰਧੂ ਰੱਖੀ, ਅਤੇ ਇਸੇ ਹੀ ਗੋਤ ਦੇ ਭਾਈ ਭਗਤਾ ਜੀ ਦੇ ਘਰ ਉਹਨਾਂ ਦੀ ਪਤਨੀ ਜਿਉਣੀ ਜੀ ਦੀ ਕੁੱਖੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਹੁੰਦਾ ਹੈ। ਹੁਣ ਇੱਥੇ ਇਹ ਗੋਤ ਮੈਂ ਇਤਿਹਾਸ ਨੂੰ ਮੁੱਖ ਰੱਖਦਾ ਹਾਂ ਅਤੇ ਆਪ ਜੀ ਦੀ ਜਾਣਕਾਰੀ ਵਾਸਤੇ ਦੱਸਿਆ ਹੈ, ਨਹੀਂ ਤਾਂ ਜਦੋਂ ਕਿਸੇ ਇਨਸਾਨ ਦੇ ਮਗਰ ਸਿੰਘ ਜਾਂ ਕੌਰ ਲੱਗ ਜਾਂਦਾ ਹੈ, ਫਿਰ ਉਹ ਗੋਤ ਅਤੇ ਜਾਤਾਂ ਪਾਤਾਂ ਤੋਂ ਰਹਿਤ ਹੋ ਜਾਂਦਾ ਹੈ। ਇਸ ਲਈ ਮੇਰੀ ਬੇਨਤੀ ਆ ਕਿ ਬਾਬਾ ਦੀਪ ਸਿੰਘ ਜੀ ਦੀ ਜਾਤ ਜਾਂ ਗੋਤ ਨੂੰ ਲੈ ਕੇ ਕਮੈਂਟਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਨਾ ਕੀਤਾ ਜਾਵੇ। ਸੋ ਇਤਿਹਾਸਕਾਰਾਂ ਮੁਤਾਬਕ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਪਿੰਡ ਪਹੁ ਪਿੰਡ ਵਿਖੇ ਹੁੰਦਾ ਹੈ, ਜੋ ਕਿ ਮੱਝ ਦੀ ਧਰਤੀ ਅਤੇ ਜ਼ਿਲ੍ਹਾ ਤਰਨ ਤਾਰਨ ਦਾ ਇੱਕ ਪਿੰਡ ਹੈ। ਹੁਣ ਜੇ ਇਤਿਹਾਸਕਾਰਾਂ ਦੀ ਮੰਨੀਏ ਤਾਂ ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਬਾਬਾ ਦੀਪ ਸਿੰਘ ਜੀ ਦੇ ਬਚਪਨ ਦਾ ਨਾਂ ਦੀਪਾ ਰੱਖਿਆ ਗਿਆ ਸੀ, ਅਤੇ ਉੱਥੇ ਹੀ ਕੁਝ ਇਤਿਹਾਸਕਾਰ ਵੀ ਮੰਨਦੇ ਹਨ ਕਿ ਉਹਨਾਂ ਦੇ ਬਚਪਨ ਦਾ ਨਾਮ ਸਿਰਫ ਦੀਪ ਸੀ, ਪਰ ਬਾਅਦ ਵਿੱਚ ਜਦੋਂ ਬਾਬਾ ਦੀਪ ਸਿੰਘ ਜੀ ਖੰਡੇ ਬਾਟੇ ਦੀ ਪੌਲ ਛੱਕ ਲੈਂਦੇ ਨੇ ਤਾਂ ਫਿਰ ਉਹਨਾਂ ਦਾ ਨਾਮ ਦੀਪ ਸਿੰਘ ਰੱਖਿਆ ਜਾਂਦਾ ਹੈ। ਭਾਈ ਦੀਪੇ ਦੇ ਮਾਤਾ ਪਿਤਾ ਗੁਰੂ ਘਰ ਦੇ ਬਹੁਤ ਸ਼ਰਧਾਲੂ ਸਨ। ਇੱਕ ਵਾਰ ਭਾਈ ਦੀਪੇ ਨੂੰ ਨਾਲ ਲੈ ਕੇ ਉਸਦੇ ਮਾਤਾ ਪਿਤਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਂਦੇ ਹਨ। ਉਹ ਉੱਥੇ ਕੁਝ ਸਮਾਂ ਰੁਕਦੇ ਹਨ ਅਤੇ ਗੁਰੂ ਘਰ ਦੀ ਸੇਵਾ ਕਰਦੇ ਹਨ। ਜਦੋਂ ਉਹ ਵਾਪਸ ਆਉਣ ਲੱਗਦੇ ਹਨ ਤਾਂ ਗੁਰੂ ਸਾਹਿਬ ਭਾਈ ਦੀਪੇ ਨੂੰ ਆਪਣੇ ਕੋਲ ਰੱਖਣ ਦੀ ਇੱਛਾ ਜ਼ਾਹਰ ਕਰਦੇ ਹਨ। 3 ਮਹੀਨੇ ਅਤੇ 11 ਦਿਨ ਬਾਅਦ ਭਾਈ ਦੀਪੇ ਦੇ ਮਾਤਾ ਪਿਤਾ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਪਣੇ ਪਿੰਡ ਪਹੁ ਪਿੰਡ ਆ ਜਾਂਦੇ ਹਨ ਅਤੇ ਭਾਈ ਦੀਪਾ ਜੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੀ ਰੁਕ ਜਾਂਦੇ ਹਨ। ਉੱਥੇ ਰਹਿ ਕੇ ਭਾਈ ਦੀਪੇ ਨੇ ਭਾਈ ਮਣੀ ਸਿੰਘ ਜੀ ਕੋਲੋਂ ਗੁਰਬਾਣੀ ਅਭਿਆਸ ਦੀ ਸਿੱਖਿਆ ਲਈ, ਇਸ ਤੋਂ ਇਲਾਵਾ ਉਹ ਗੁਰਮੁਖੀ, ਸੰਸਕ੍ਰਿਤੀ ਅਤੇ ਫਾਰਸੀ ਦੀ ਸਿੱਖਿਆ ਵੀ ਲੈਂਦੇ ਰਹੇ। ਜਿੱਥੇ ਉਹ ਬਾਕੀ ਸਿੱਖਿਆ ਸਿੱਖਦੇ ਸਨ ਉੱਥੇ ਹੀ ਉਹਨਾਂ ਨੇ ਉੱਥੇ ਰਹਿ ਕੇ
ਸ਼ਸਤਰ ਵਿੱਦਿਆ ਵਿੱਚ ਵੀ ਨਿਪੁੰਨਤਾ ਹਾਸਲ ਕਰ ਲਈ ਸੀ। ਉਹ ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਨੂੰ ਬਹੁਤ ਛੇਤੀ ਸਿੱਖ ਗਏ ਸਨ ਅਤੇ ਇਸ ਦੇ ਨਾਲ ਨਾਲ ਉਹ ਤੋਪ ਚਲਾਉਣੀ ਅਤੇ ਪਿਸਤੌਲ ਚਲਾਉਣੀ ਵੀ ਸਿੱਖ ਗਏ ਸਨ, ਜੋ ਉਹਨਾਂ ਦਿਨਾਂ ਵਿੱਚ ਕੋਈ ਵਿਰਲਾ ਹੀ ਚਲਾ ਸਕਦਾ ਸੀ। ਫਿਰ ਕੁਝ ਸਾਲਾਂ ਬਾਅਦ ਭਾਈ ਦੀਪੇ ਦੇ ਮਾਤਾ ਪਿਤਾ ਜੀ ਵਾਪਸ ਅਨੰਦਪੁਰ ਸਾਹਿਬ ਵਿਖੇ ਆਉਂਦੇ ਹਨ ਆਪਣੇ ਪੁੱਤਰ ਨੂੰ ਨਾਲ ਲੈ ਕੇ ਜਾਣ ਵਾਸਤੇ। ਉਹ ਆ ਕੇ ਪੁੱਛਦੇ ਹਨ ਕਿ ਸਾਡਾ ਦੀਪਾ ਕਿੱਥੇ ਹੈ, ਤਾਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਜਵਾਬ ਦਿੰਦੇ ਹਨ ਕਿ ਹੁਣ ਉਹ ਤੁਹਾਡਾ ਦੀਪਾ ਨਹੀਂ, ਸਗੋਂ ਮੇਰਾ ਦੀਪ ਸਿੰਘ ਬਣ ਗਿਆ ਹੈ, ਕਿਉਂਕਿ ਗੁਰੂ ਸਾਹਿਬ ਨੇ ਆਪਣੇ ਹੱਥੀਂ ਅੰਮ੍ਰਿਤ ਛਕਾ ਕੇ ਭਾਈ ਦੀਪੇ ਨੂੰ ਦੀਪ ਸਿੰਘ ਬਣਾ ਦਿੱਤਾ ਸੀ। ਦੀਪੇ ਦੇ ਮਾਤਾ ਪਿਤਾ ਉਸਨੂੰ ਦੀਪ ਸਿੰਘ ਬਣਿਆ ਵੇਖ ਕੇ ਬਹੁਤ ਖੁਸ਼ ਹੁੰਦੇ ਹਨ ਅਤੇ ਇਸ ਤੋਂ ਬਾਅਦ ਉਹ ਗੁਰੂ ਸਾਹਿਬ ਅੱਗੇ ਆਪਣੀ ਇੱਛਾ ਰੱਖਦੇ ਹਨ ਕਿ ਇਹ ਪਾਤਸ਼ਾਹ ਹੁਣ ਸਾਡਾ ਪੁੱਤਰ ਜਵਾਨ ਹੋ ਗਿਆ ਹੈ, ਅਸੀਂ ਇਸਦਾ ਵਿਆਹ ਕਰਨਾ ਚਾਹੁੰਦੇ ਹਾਂ, ਆਪ ਜੀ ਕਿਰਪਾ ਕਰੋ ਸਾਡੇ ਪੁੱਤਰ ਨੂੰ ਸਾਡੇ ਨਾਲ ਜਾਣ ਦੀ ਇਜਾਜ਼ਤ ਦੇ ਦਿਓ। ਮਾਤਾ ਪਿਤਾ ਦੇ ਬੇਨਤੀ ਕਰਨ 'ਤੇ ਗੁਰੂ ਸਾਹਿਬ ਦੀਪ ਸਿੰਘ ਨੂੰ ਉਹਨਾਂ ਦੇ ਨਾਲ ਜਾਣ ਦੀ ਆਗਿਆ ਦੇ ਦਿੰਦੇ ਹਨ ਅਤੇ ਇਸ ਦੇ ਨਾਲ ਹੀ ਹੁਕਮ ਕਰਦੇ ਹਨ ਕਿ ਹੁਣ ਜਦੋਂ ਤੱਕ ਅਸੀਂ ਤੁਹਾਨੂੰ ਵਾਪਸ ਨਹੀਂ ਬੁਲਾਉਂਦੇ ਤੁਸੀਂ ਇੱਧਰ ਨਹੀਂ ਆਉਣਾ ਅਤੇ ਉੱਥੇ ਰਹਿ ਕੇ ਹੀ ਮਾਝੇ ਦੀ ਧਰਤੀ 'ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਹੁਣ ਇਹ ਜਵਾਬ ਹੈ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਹਨ ਕਿ ਬਾਬਾ ਦੀਪ ਸਿੰਘ ਜੀ ਇਸ ਵੇਲੇ ਕਿੱਥੇ ਸਨ। ਬਾਬਾ ਦੀਪ ਸਿੰਘ ਜੀ ਗੁਰੂ ਸਾਹਿਬ ਦੇ ਹੁਕਮਾਂ ਨਾਲ ਆਪਣੇ ਘਰ ਆ ਚੁੱਕੇ ਸਨ ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਹੁਕਮ ਕੀਤਾ ਸੀ ਕਿ ਤੁਸੀਂ ਉਦੋਂ ਤੱਕ ਵਾਪਸ ਨਹੀਂ ਆਉਣਾ ਜਦੋਂ ਤੱਕ ਅਸੀਂ ਤੁਹਾਨੂੰ ਨਹੀਂ ਬੁਲਾਉਂਦੇ। ਹੁਣ ਜਿੰਨਾ ਮੇਰੇ ਵੀਰਾਂ ਨੇ ਇਤਿਹਾਸ ਪੜ੍ਹਿਆ ਸੁਣਿਆ ਹੈ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪੈ ਚੁੱਕਾ ਸੀ, ਕੋਈ ਵੀ ਸਿੰਘ ਕਿਲੇ 'ਚੋਂ ਬਾਹਰ ਨਹੀਂ ਸੀ ਜਾ ਸਕਦਾ ਅਤੇ ਨਾ ਹੀ ਕੋਈ ਬਾਹਰੋਂ ਅੰਦਰ ਆ ਸਕਦਾ ਸੀ। ਅਤੇ ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਕਿਲਾ ਛੱਡਦੇ ਨੇ ਅਤੇ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਤੱਕ ਇਹ ਸਾਰਾ ਵਰਤਾਰਾ ਪੂਰੇ ਇੱਕ ਹਫ਼ਤੇ 'ਚ ਹੀ ਵਾਪਰ ਜਾਂਦਾ ਆ। ਉਸ ਵੇਲੇ ਬਾਬਾ ਦੀਪ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਬਹੁਤ ਦੂਰ ਮਾਝੇ ਧਰਤੀ 'ਤੇ ਹੁੰਦੇ ਨੇ ਅਤੇ ਉਹ ਸਮਾਂ ਸੀ ਜੋ ਅੱਜ ਦੇ ਸਮੇਂ ਵਾਂਗ ਕੋਈ ਵਟਸਐਪ ਜਾਂ ਮੋਬਾਈਲਾਂ ਦਾ ਸਮਾਂ ਨਹੀਂ ਸੀ ਹੁੰਦਾ। ਉਸ ਸਮੇਂ ਜਿਹੜੇ ਸੁਨੇਹੇ ਆ ਉਹ ਆਪ ਜਾ ਕੇ ਦੇਣੇ ਪੈਂਦੇ ਸੀ ਅਤੇ ਜਦੋਂ ਤੱਕ ਇਹ ਗੱਲ ਬਾਬਾ ਦੀਪ ਸਿੰਘ ਜੀ ਤੱਕ ਪਹੁੰਚਦੀ ਆ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਆ। ਸੋ ਮੈਂ ਉਮੀਦ ਕਰਦਾ ਜਿਨ੍ਹਾਂ ਦੇ ਮਨਾਂ 'ਚ ਇਹ ਸਵਾਲ ਸੀ ਉਹਨਾਂ ਨੂੰ ਇਸਦਾ ਇਹ ਜਵਾਬ ਮਿਲ ਚੁੱਕਾ ਹੋਊਗਾ। ਸੋ ਹੁਣ ਆਪਾਂ ਵੱਧਦੇ ਹਾਂ ਆਪਣੀ ਵੀਡੀਓ ਵੱਲ ਨੂੰ। ਹੁਣ ਜਦੋਂ ਸਾਰਾ ਵਰਤਾਰਾ ਵਾਪਰਨ ਤੋਂ ਬਾਅਦ ਕੁਝ ਠੰਡ ਠੰਡਾਲਾ ਹੁੰਦਾ ਆ ਤਾਂ ਗੁਰੂ ਸਾਹਿਬ ਦਮਦਮਾ ਸਾਹਿਬ ਦੀ ਧਰਤੀ 'ਤੇ ਵਾਪਸ ਆਉਂਦੇ ਹਨ ਅਤੇ ਉੱਧਰ ਦਿੱਲੀ 'ਚ ਬੈਠੇ ਗੁਰੂ ਸਾਹਿਬ ਦੇ ਮਹਿਲਾਂ ਨੂੰ ਮਾਤਾ ਜੀਤ ਕੌਰ ਅਤੇ ਮਾਤਾ ਸਾਹਿਬ ਦੇਵਨ ਜਦੋਂ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਵੀ ਭਾਈ ਮਨੀ ਸਿੰਘ ਜੀ ਦੇ ਨਾਲ ਦਮਦਮਾ ਸਾਹਿਬ ਦੀ ਧਰਤੀ 'ਤੇ ਆ ਜਾਂਦੇ ਹਨ। ਇੱਥੇ ਰਹਿ ਕੇ ਗੁਰੂ ਗੋਬਿੰਦ ਸਿੰਘ ਜੀ ਹੁਣ ਆਦਿ ਗ੍ਰੰਥ ਦੀ ਬੀੜ ਨੂੰ ਤਿਆਰ ਕਰਨ ਦਾ ਨਿਸ਼ਚਾ ਕਰਦੇ ਨੇ। ਆਦਿ ਗ੍ਰੰਥ ਮੈਂ ਇਸ ਕਰਕੇ ਵਰਤ ਰਿਹਾ ਕਿਉਂਕਿ ਉਸ ਸਮੇਂ ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਜੀ ਕੋਲ ਸੀ, ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮਿਲੀ ਸੀ ਅਤੇ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਲਈ ਆਦਿ ਗ੍ਰੰਥ ਸ਼ਬਦ ਹੀ ਵਰਤੋਂ ਕੀਤੀ ਜਾਂਦੀ ਸੀ। ਇਸ ਬੀੜ ਨੂੰ ਤਿਆਰ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਧੀਰ ਮੱਲਿਆਂ ਕੋਲ ਜਾਂਦੇ ਹਨ ਕਿਉਂਕਿ ਜਿਹੜੀ ਬੀੜ ਗੁਰੂ ਅਰਜਨ ਦੇਵ ਜੀ ਨੇ ਤਿਆਰ ਕਰਵਾਈ ਸੀ ਉਹ ਧੀਰ ਮੱਲਿਆਂ ਕੋਲ ਪਈ ਸੀ। ਧੀਰ ਮੱਲੀਏ ਉਹ ਬੀੜ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਜਿਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਸਾਰੀ ਗੁਰਬਾਣੀ ਆਪਣੇ ਮੁੱਖ ਤੋਂ ਉਚਾਰਨ ਕਰਦੇ ਹਨ। ਬੀੜ ਲਿਖਵਾਉਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਵਿਖੇ ਆਉਣ ਦਾ ਸੱਦਾ ਭੇਜਦੇ ਹਨ। ਗੁਰੂ ਗੋਬਿੰਦ ਸਿੰਘ ਜੀ ਸਾਰੀ ਬਾਣੀ ਆਪਣੇ ਮੁੱਖ ਤੋਂ ਉਚਾਰਨ ਕਰਦੇ ਹਨ, ਭਾਈ ਮਨੀ ਸਿੰਘ ਜੀ ਇਸ ਨੂੰ ਲਿਖਦੇ ਜਾਂਦੇ ਹਨ ਅਤੇ ਬਾਬਾ ਦੀਪ ਸਿੰਘ ਜੀ ਕਲਮ ਅਤੇ ਦਵਾਤ ਦੀ ਸੇਵਾ ਕਰਦੇ ਹਨ। ਆਦਿ ਗ੍ਰੰਥ ਦੀ ਸੰਪੂਰਨਤਾ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਤੋਂ ਜਾਣ ਲੱਗਦੇ ਹਨ ਤਾਂ ਉਹ ਬਾਬਾ ਦੀਪ ਸਿੰਘ ਜੀ ਨੂੰ ਤਿੰਨ ਹੁਕਮ ਕਰਕੇ ਜਾਂਦੇ ਹਨ ਕਿ ਤੁਸੀਂ ਵਿਦਿਆਰਥੀਆਂ ਨੂੰ ਵਿੱਦਿਆ ਪੜ੍ਹਾਉਣੀ ਹੈ, ਅੰਮ੍ਰਿਤ ਦਾ ਸੰਚਾਰ ਕਰਨਾ ਹੈ ਅਤੇ ਜੇ ਕਦੀ ਪੰਥ ਉੱਪਰ ਪੀੜ ਪਵੇ ਤਾਂ ਪੰਥ ਦਾ ਅੰਗ ਬਣ ਕੇ ਉਸਦੇ ਮਦਦਗਾਰ ਸਾਬਤ ਹੋਣਾ ਹੈ। ਇਹ ਕਹਿ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਜਾਣ ਲੱਗੇ ਤਾਂ ਬਾਬਾ ਦੀਪ ਸਿੰਘ ਜੀ ਕਹਿੰਦੇ ਹਨ ਕਿ ਗੁਰੂ ਸਾਹਿਬ ਮੇਰੀ ਸਿੱਖੀ, ਤਾਂ ਗੁਰੂ ਸਾਹਿਬ ਕਹਿਣ ਲੱਗੇ ਕਿ ਤੁਹਾਡੀ ਸਿੱਖੀ ਕੇਸਾ ਸਵਾਸਾਂ ਨਾਲ ਨਿਭੇਗੀ, ਸਮਾਂ ਆਵੇਗਾ ਅਸੀਂ ਤੁਹਾਡੇ ਅੰਦਰ ਆਪ ਵਰਤਾਂਗੇ, ਜਿਹੜਾ ਪ੍ਰਣ ਤੁਸੀਂ ਕਰੋਗੇ ਉਹ ਨਿਭੇਗਾ, ਤੁਹਾਡੇ ਪ੍ਰਣ ਨੂੰ ਮੌਤ ਵੀ ਖੰਡਨ ਨਹੀਂ ਕਰ ਪਾਊਗੀ। ਗੁਰੂ ਸਾਹਿਬ ਦੇ ਚਲੇ ਜਾਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਸੇਵਾ ਨੂੰ ਬਾਖੂਬੀ ਨਿਭਾਇਆ। ਉਹਨਾਂ ਨੇ ਦਮਦਮਾ ਸਾਹਿਬ ਦੀ ਧਰਤੀ 'ਤੇ ਰਹਿ ਕੇ 4 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖੇ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਸਰੂਪ ਉਹਨਾਂ ਨੇ 2 ਸਿਰ ਸੋਨੇ ਦੀ ਸਿਆਹੀ ਨਾਲ ਲਿਖਿਆ ਅਤੇ ਇਸ ਸਰੂਪ ਨੂੰ ਉਹਨਾਂ ਨੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭੇਜਿਆ ਅਤੇ ਇਸ ਤੋਂ ਇਲਾਵਾ ਬਾਕੀ ਦੇ 3 ਸਰੂਪਾਂ ਨੂੰ ਵੀ ਬਾਕੀ ਦੇ 4 ਤਖਤਾਂ ਉੱਪਰ ਭੇਜਿਆ ਗਿਆ। ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਤਖਤ ਸ਼੍ਰੀ ਹਜ਼ੂਰ ਸਾਹਿਬ। ਇੱਥੇ ਮੈਂ ਆਪ ਜੀ ਦੀ ਜਾਣਕਾਰੀ ਲਈ ਦੱਸ ਦਵਾਂ ਕਿ ਉਸ ਵੇਲੇ ਸਿਰਫ 4 ਹੀ ਤਖਤ ਹੋਇਆ ਕਰਦੇ ਸਨ, 5ਵਾਂ ਤਖਤ ਬਾਅਦ ਵਿੱਚ ਬਣਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਇਹਨਾਂ 4 ਸਰੂਪਾਂ ਤੋਂ ਇਲਾਵਾ ਇੱਕ ਸਰੂਪ ਬਾਬਾ ਦੀਪ ਸਿੰਘ ਜੀ ਨੇ ਫਾਰਸੀ ਵਿੱਚ ਵੀ ਲਿਖਿਆ ਸੀ, ਜੋ ਅੱਜ ਅਸੀਂ ਗਵਾ ਚੁੱਕੇ ਹਾਂ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਨੇ
ਬਹੁਤ ਸਾਰੀਆਂ ਖਜ਼ਾਨਾ ਪੋਥੀਆਂ ਵੀ ਲਿਖੀਆਂ ਸਨ। ਖਜ਼ਾਨਾ ਪੋਥੀਆਂ ਇੱਦਾਂ ਕਹਿ ਲਵੋ ਜਿੱਦਾਂ ਅੱਜ ਸ਼੍ਰੀ ਗੁਟਕਾ ਸਾਹਿਬ ਜੀ। ਇਹ ਜੰਗਾਂ ਯੁੱਧਾਂ ਦਾ ਵੇਲਾ ਸੀ, ਉਹ ਵੇਲਾ ਸੀ ਜਦੋਂ ਸਿੰਘ ਜੰਗਲਾਂ ਵਿੱਚ ਰਹਿੰਦੇ ਸਨ, ਇਸ ਲਈ ਸਿੰਘ ਇਹਨਾਂ ਖਜ਼ਾਨਾ ਪੋਥੀਆਂ ਨੂੰ ਆਪਣੇ ਕਮਰ ਕੱਸੇ ਵਿੱਚ ਸਜਾ ਕੇ ਰੱਖਦੇ ਸਨ। ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਆਉਂਦੇ ਹਨ। ਜਦੋਂ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਸਰਹੰਦ ਫਤਿਹ ਕਰਨ ਵਾਸਤੇ ਜਾ ਰਹੇ ਹਨ ਤਾਂ ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਉਤਰਦੇ ਹਨ, ਕਿਉਂਕਿ ਉਹਨਾਂ ਦੇ ਮਨ ਵਿੱਚ ਵੀ ਪਰਿਵਾਰ ਵਿਛੋੜੇ ਨੂੰ ਲੈ ਕੇ ਸਾਹਿਬਜ਼ਾਦੇ ਦੀ ਸ਼ਹੀਦੀ ਨੂੰ ਲੈ ਕੇ ਕਿਤੇ ਨਾ ਕਿਤੇ ਰੋਸ ਹੁੰਦਾ ਹੈ। ਬਾਬਾ ਦੀਪ ਸਿੰਘ ਜੀ ਚੱਪੜ ਚਿੜੀ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਾਥ ਦਿੰਦੇ ਹਨ। ਰਤਨ ਸਿੰਘ ਭੰਗੂ ਆਪਣੀ ਕਿਤਾਬ ਪੰਥ ਪ੍ਰਕਾਸ਼ ਵਿੱਚ ਲਿਖਦਾ ਹੈ ਕਿ ਇਸ ਲੜਾਈ ਵਿੱਚ ਬਾਬਾ ਦੀਪ ਸਿੰਘ ਜੀ ਦਾ ਇੱਕ ਦੰਦ ਟੁੱਟ ਗਿਆ ਸੀ। ਜੰਗਾਂ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆ ਜਾਂਦੇ ਹਨ। ਇੱਥੇ ਰਹਿ ਕੇ ਕੀਰਤਨ ਹੁੰਦਾ ਹੈ, ਗੁਰਬਾਣੀ ਦੀਆਂ ਕਥਾ ਹੁੰਦੀਆਂ ਹਨ ਅਤੇ ਫਿਰ ਇੱਕ ਦਿਨ ਗੁਰਬਾਣੀ ਦੀ ਕਥਾ ਦੇ ਭੋਗ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਬਾ ਦੀਪ ਸਿੰਘ ਜੀ ਦੀ ਸਿਫਤ ਕਰਦੇ ਹੋਏ ਕਹਿੰਦੇ ਹਨ, ਇਹ ਰਹਿਣੀ ਬਹਿਣੀ 'ਚ ਪੂਰੇ ਹਨ, ਨਿਤਨੇਮੇ ਹਨ, ਬਾਣੀ ਅਤੇ ਬਾਣੀ ਦੇ ਧਾਰਨੀ ਹਨ। ਕਿਉਂਕਿ ਜੇਕਰ ਮੈਂ ਬਾਬਾ ਦੀਪ ਸਿੰਘ ਜੀ ਦੀ ਗੁਰਬਾਣੀ ਅਭਿਆਸ ਦੀ ਗੱਲ ਕਰਾਂ ਤਾਂ ਬਾਬਾ ਦੀਪ ਸਿੰਘ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖ ਰਹੇ ਸਨ ਤਾਂ ਕੀ ਕਰਦੇ ਸਨ, ਇੱਕ ਸਰੂਪ ਸਾਹਮਣੇ ਰੱਖ ਲੈਂਦੇ ਸਨ, ਇੱਕ ਜਿਹੜਾ ਲਿਖ ਰਹੇ ਹੁੰਦੇ ਹਨ, ਜਿਹੜਾ ਸਰੂਪ ਉਹਨਾਂ ਨੇ ਸਾਹਮਣੇ ਰੱਖਿਆ ਹੈ ਉਸ ਤੋਂ ਗੁਰਬਾਣੀ ਦੀ ਤੁੱਕ ਵੇਖ ਕੇ ਪੜ੍ਹਦੇ ਹਨ, ਫਿਰ ਲਿਖਣ ਲੱਗਿਆ ਪੜ੍ਹਦੇ ਹਨ, ਫਿਰ ਲਿਖਣ ਤੋਂ ਬਾਅਦ ਇੱਕ ਵਾਰ ਫਿਰ ਦੁਬਾਰਾ ਪੜ੍ਹਦੇ ਹਨ। ਸੋ ਇਸ ਤਰ੍ਹਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਾਬਾ ਦੀਪ ਸਿੰਘ ਜੀ ਦਾ ਗੁਰਬਾਣੀ ਦਾ ਅਭਿਆਸ ਕਿੰਨਾ ਹੋਊਗਾ। ਸੋ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਬਾ ਦੀਪ ਸਿੰਘ ਜੀ ਦੀ ਸੋਭਾ ਕਰਦੇ ਹੋਏ ਉਹਨਾਂ ਨੂੰ ਜਿੰਦਾ ਸ਼ਹੀਦਾਂ ਖਿਤਾਬ ਦਿੰਦੇ ਹਨ। ਸਮਾਂ ਆਪਣੀ ਚਾਲ ਚੱਲਦਾ ਹੈ, ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦ ਹੋ ਜਾਂਦੇ ਹਨ। ਉਸ ਵੇਲੇ ਸਿੱਖ ਛੋਟੇ ਛੋਟੇ ਜਥਿਆਂ ਦੇ ਵਿੱਚ ਵੰਡੇ ਹੋਏ ਸਨ। ਇਹਨਾਂ ਜਥਿਆਂ ਨੂੰ ਇਕੱਠਾ ਕਰਕੇ 12 ਮਿਸਲਾਂ ਬਣਾਈਆਂ ਜਾਂਦੀਆਂ ਹਨ। ਇਹਨਾਂ 12 ਮਿਸਲਾਂ ਵਿੱਚੋਂ ਇੱਕ ਮਿਸਲ ਸੀ ਮਿਸਲ ਸ਼ਹੀਦਾਂ, ਜਿੱਥੇ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸਨ, ਉੱਥੇ ਹੀ ਮਿਸਲ ਸ਼ਹੀਦਾਂ ਦੇ ਪਹਿਲੇ ਮੁਖੀ ਵੀ ਬਾਬਾ ਦੀਪ ਸਿੰਘ ਜੀ ਸਨ। ਹੁਣ ਜਿੱਥੇ ਇਹਨਾਂ ਮਿਸਲਾਂ ਦਾ ਜ਼ਿਕਰ ਚੱਲਿਆ ਤਾਂ ਇੱਕ ਗੱਲ ਹੈ ਜਿਹੜੀ ਮੈਨੂੰ ਲੱਗਦਾ ਕਿ ਆਪ ਸਭ ਨੇ ਸਾਂਝੀ ਕਰਨੀ ਚਾਹੀਦੀ ਆ ਕਿ ਇਹ ਜਿਹੜੇ ਮਿਸਲਾਂ ਦੇ ਸਰਦਾਰ ਸੀ ਇਹ ਆਪਸ ਦੇ ਵਿੱਚ ਲੜਦੇ ਭਿੜਦੇ ਰਹਿੰਦੇ ਸੀ, ਬਹੁਤ ਵਾਰ ਕੱਟ ਵੱਢ ਵੀ ਹੁੰਦੀ ਆ। ਪਰ ਇਹਨਾਂ ਨੇ ਇੱਕ ਗੱਲ ਪੱਕੀ ਕੀਤੀ ਹੋਈ ਸੀ ਕਿ ਜਦੋਂ ਵੀ ਬਾਹਰੋਂ ਕੋਈ ਹਮਲਾਵਰ ਆ ਕੇ ਸਾਡੇ ਹਰਿਮੰਦਰ ਸਾਹਿਬ ਉੱਪਰ ਜਾਂ ਸਾਡੇ ਪੰਜਾਬ ਉੱਪਰ ਹਮਲਾ ਕਰੂਗਾ ਨਾ ਤਾਂ ਫਿਰ ਅਸੀਂ ਮਿਸਲਾਂ ਵਾਲੇ ਸਰਦਾਰ ਨਹੀਂ, ਅਸੀਂ ਉਹਦੇ ਇੱਕ ਕੌਮ ਆ, ਸਿੱਖ ਕੌਮ ਆ। ਅਤੇ ਇਕੱਠੇ ਹੋ ਕੇ ਉਹਦਾ ਮੁਕਾਬਲਾ ਕਰਦੇ ਸੀ, ਆਪਣੀਆਂ ਸਾਰੀਆਂ ਨਿੱਜੀ ਰੰਜਿਸ਼ਾਂ ਛੱਡ ਕੇ ਮਨ ਮਿਟਾਵ ਗੁੱਸੇ ਗਲੇ ਖਤਮ ਕਰਕੇ ਇੱਕ ਹੋ ਕੇ ਚੱਲਦੇ ਸਨ। ਕਿਉਂਕਿ ਉਹਨਾਂ ਦਾ ਮੰਨਣਾ ਇਹ ਸੀ ਕਿ ਜੇਕਰ ਅਸੀਂ ਰਹਾਂਗੇ ਸਾਡੀਆਂ ਮਿਸਲਾਂ ਰਹਿਣਗੀਆਂ ਤਾਂ ਅਸੀਂ ਕਦੇ ਵੀ ਬਹਿ ਕੇ ਆਪਣੇ ਝਗੜੇ ਨਿਬੇੜ ਸਕਦੇ ਹਾਂ, ਜਦੋਂ ਮਰਜ਼ੀ ਅਸੀਂ ਆਪਣੇ ਮਸਲਿਆਂ ਦਾ ਹੱਲ ਕੱਢ ਲਾਂਗੇ। ਪਰ ਜੇਕਰ ਕੋਈ ਬਾਹਰ ਦਾ ਆ ਕੇ ਸਾਡੇ ਚੜ੍ਹਾਈ ਕਰਕੇ ਬਹਿ ਗਿਆ ਤਾਂ ਫਿਰ ਨਾ ਸਾਡੀਆਂ ਮਿਸਲਾਂ ਰਹਿਣਗੀਆਂ ਅਤੇ ਨਾ ਅਸੀਂ ਰਵਾਂਗੇ ਅਤੇ ਫਿਰ ਇਹਨਾਂ ਝਗੜਿਆਂ 'ਚ ਰਹਿਣ ਨੂੰ ਵੀ ਕੀ ਕਰਾਂਗੇ। ਸੋ ਇਹਨਾਂ ਮਿਸਲਾਂ ਦੇ ਸਰਦਾਰਾਂ ਦੀ ਸੋਚ ਤੋਂ ਸਾਡੇ ਅੱਜ ਜਿਹੜੇ ਕੌਮ ਦੇ ਲੀਡਰ ਨੇ, ਜਥੇਦਾਰ ਨੇ ਜਾਂ ਪ੍ਰਧਾਨ ਨੇ, ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ, ਸਮਝਣੀ ਚਾਹੀਦੀ ਹੈ, ਇਹ ਸੇਧ ਲੈਣੀ ਚਾਹੀਦੀ ਆ ਕਿ ਅਸੀਂ ਲੀਡਰ ਪ੍ਰਧਾਨ ਜਾਂ ਜਥੇਦਾਰ ਬਾਅਦ 'ਚੋਂ ਹਾਂ, ਉਸ ਤੋਂ ਪਹਿਲਾਂ ਅਸੀਂ ਇੱਕ ਸਿੱਖ ਹਾਂ। ਅਤੇ ਜੇਕਰ ਅੱਜ ਸਾਡੇ ਦੇ ਵੀ ਕੋਈ ਪੀੜ ਪੈਂਦੀ ਆ ਨਾ ਅਤੇ ਆਪਣੇ ਗੁੱਸੇ ਗਿਲੇ ਮਨ ਮਿਟਾਵ ਖਤਮ ਕਰਕੇ ਨਾ ਅਸੀਂ ਇੱਕ ਹੋ ਕੇ ਚੱਲੀਏ। ਸੋ ਅੱਜ ਲੋੜ ਹੈ ਸਾਨੂੰ ਆਪਣੇ ਵੱਡ ਵਡੇਰਿਆਂ, ਆਪਣੇ ਬਜ਼ੁਰਗਾਂ ਦੇ ਪੈੜਾਂ 'ਤੇ ਚੱਲਣ ਦੀ, ਉਹਨਾਂ ਦੀ ਸਿੱਖਿਆਵਾਂ ਨੂੰ ਅਪਣਾਉਣ ਦੀ। 1748 ਵਿੱਚ ਅਹਿਮਦ ਸ਼ਾਹ ਅਬਦਾਲੀ ਭਾਰਤ 'ਤੇ ਹਮਲਾ ਕਰਨ ਵਾਸਤੇ ਆਉਂਦਾ ਹੈ। ਉਹ 1748 ਤੋਂ ਲੈ ਕੇ 1767 ਤੱਕ ਭਾਰਤ ਉੱਪਰ 7 ਹਮਲੇ ਕਰਦਾ ਹੈ। ਜਦੋਂ ਉਸਦੇ ਪਹਿਲੇ 3-4 ਹਮਲੇ ਕੀਤੇ ਹੁੰਦੇ ਨੇ, ਇਹਨਾਂ 3-4 ਹਮਲਿਆਂ ਦੇ ਵਿੱਚ ਉਹ ਵੀ ਨਾਦਰ ਸ਼ਾਹ ਵਾਂਗੂ ਭਾਰਤ ਉੱਪਰ ਹਮਲਾ ਕਰਕੇ ਇੱਥੋਂ ਗੱਡਿਆਂ ਦੇ ਗੱਡੇ ਭਰ ਕੇ ਸੋਨੇ, ਹੀਰੇ, ਜਵਾਹਰਾਤ ਆਦਿ ਸਭ ਚੀਜ਼ਾਂ ਨੂੰ ਅਫਗਾਨ ਲੈ ਕੇ ਜਾਂਦਾ ਹੈ। ਅਤੇ ਇਹੀ ਨਹੀਂ, ਉਹ ਇੱਥੋਂ ਦੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਵੀ ਆਪਣੇ ਨਾਲ ਲੈ ਕੇ ਜਾਂਦਾ ਹੈ ਗਜਨੀ ਦੇ ਬਾਜ਼ਾਰਾਂ 'ਚ ਵੇਚਣ ਵਾਸਤੇ। ਉਹ ਭਾਰਤ ਦੀਆਂ ਬਹੁ ਬੇਟੀਆਂ ਨੂੰ, ਧੀਆਂ ਨੂੰ ਗਜਨੀ ਦੇ ਬਾਜ਼ਾਰਾਂ ਵਿੱਚ ਭੇਡਾਂ ਬੱਕਰੀਆਂ ਤੋਂ ਵੀ ਘੱਟ ਮੁੱਲ 'ਤੇ ਵੇਚਦਾ ਸੀ। ਅਜੇ ਭੇਡਾਂ ਬੱਕਰੀਆਂ ਦਾ ਵੀ ਉਹਨਾਂ ਸਮਿਆਂ ਦੇ ਵਿੱਚ 4-5% ਮਿਲ ਜਾਂਦੇ ਸੀ ਗਜਨੀ ਦੇ ਬਾਜ਼ਾਰ 'ਚ, ਪਰ ਭਾਰਤ ਦੀਆਂ ਬਹੁ ਬੇਟੀਆਂ ਦੀ ਕੀਮਤ ਸਿਰਫ 1-2% ਹੁੰਦੀ ਸੀ। ਬਾਬਾ ਬਘੇਲ ਸਿੰਘ ਜੀ, ਸਰਦਾਰ ਚੜ੍ਹਤ ਸਿੰਘ ਜੀ, ਜੱਸਾ ਸਿੰਘ ਆਲੂ ਵਾਲੇ, ਜੱਸਾ ਸਿੰਘ ਰਾਮਗੜੀਆ, ਜਦੋਂ ਇਹਨਾਂ ਸਰਦਾਰਾਂ ਨੂੰ ਪਤਾ ਲੱਗਦਾ ਕਿ ਅਹਿਮਦ ਸ਼ਾਹ ਅਬਦਾਲੀ ਭਾਰਤ ਦੀਆਂ ਬਹੁ ਬੇਟੀਆਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲੈ ਕੇ ਜਾ ਰਿਹਾ ਹੈ ਤਾਂ ਉਸ ਦੇ ਟੋਲਿਆਂ ਉੱਪਰ ਵੀ ਹਮਲਾ ਕਰਕੇ ਭਾਰਤ ਦੀਆਂ ਬਹੁ ਬੇਟੀਆਂ ਨੂੰ ਛੁਡਾ ਕੇ ਉਹਨਾਂ ਦੇ ਘਰਾਂ ਤੱਕ ਪਹੁੰਚਾ ਕੇ ਆਉਂਦੇ ਨੇ। ਸੋ ਅੱਜ ਜਿਹੜੀ ਆਜ਼ਾਦੀ ਨੂੰ ਤੁਸੀਂ ਮਾਣ ਰਹੇ ਜੇ, ਜੇ ਇੱਜ਼ਤਾਂ ਨਾਲ ਤੁਸੀਂ ਅੱਜ ਆਪਣੇ ਘਰਾਂ 'ਚ ਬੈਠੇ ਹੋ, ਇਹ ਉਹਨਾਂ ਬਾਬਿਆਂ ਦੀ ਹੀ ਦਵਾਈ ਹੋਈ ਆ ਜਿਨ੍ਹਾਂ ਨੂੰ ਅੱਜ ਤੁਸੀਂ ਗਲਤ ਇਸ਼ਾਰੇ ਕਰਦੇ ਹੋ।
ਖਾਲਸੇ ਨੇ ਬਹੁਤ ਸਾਰੀਆਂ ਧੀਆਂ ਭੈਣਾਂ ਨੂੰ ਇੱਜ਼ਤਾਂ ਸਮੇਤ ਉਹਨਾਂ ਨੂੰ ਉਹਨਾਂ ਦੇ ਘਰੇ ਛੱਡ ਕੇ ਆਏ ਸੀ। ਸਾਨੂੰ ਇਹ ਗੱਲ ਸਮਝਣੀ ਚਾਹੀਦੀ ਆ, ਨਹੀਂ ਤਾਂ ਜੇਕਰ ਅੱਜ ਉਹਨਾਂ ਦਾ ਰਾਜ ਹੁੰਦਾ ਜਿਹੜੇ ਸਾਡੇ 'ਤੇ ਹਮਲਾ ਕਰਨ ਆਉਂਦੇ ਸੀ, ਤਾਂ ਅੱਜ ਸ਼ਾਇਦ ਅੱਜ ਵੀ ਸਾਡੀ ਕੀਮਤ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ ਦੀ ਹੁੰਦੀ ਜੋ ਉਸ ਸਮੇਂ ਸੀ। ਅਹਿਮਦ ਸ਼ਾਹ ਅਬਦਾਲੀ ਦੇ 3-4 ਹਮਲੇ ਜੋ ਸਿੱਖਾਂ ਨੇ ਨਾਕਾਮ ਕਰ ਦਿੱਤੇ ਸੀ, ਆਪਣੇ ਹੱਲਿਆਂ ਨੂੰ ਨਾਕਾਮ ਹੋਣ ਤੋਂ ਬਾਅਦ ਉਹ ਆਪਣੇ ਪੁੱਤਰ ਤਮੂਰ ਜਿਸ ਨੂੰ ਉਹਨੇ ਪੰਜਾਬ ਦਾ ਗਵਰਨਰ ਬਣਾਇਆ ਸੀ ਉਸ ਨੂੰ ਅਤੇ ਜਹਾਨ ਖਾਨ ਨੂੰ ਬੁਲਾਉਂਦਾ ਹੈ ਅਤੇ ਪੁੱਛਦਾ ਹੈ ਕਿ ਇਹ ਲੋਕ ਕੌਣ ਹਨ ਜਿਹੜੇ ਇਸ ਦੇ ਰਾਹ ਵਿੱਚ ਰੋੜਾ ਬਣੇ ਹੋਏ ਹਨ, ਕਿਉਂਕਿ ਮੈਂ ਤਾਂ ਮਰਾਠੇ ਨਹੀਂ ਛੱਡੇ ਅਤੇ ਫਿਰ ਇਹ ਲੋਕ ਕੌਣ ਨੇ? ਤਾਂ ਜਹਾਨ ਖਾਨ ਉਸ ਨੂੰ ਦੱਸਦਾ ਹੈ ਕਿ ਇਹ ਜੰਗਲਾਂ ਵਿੱਚ ਰਹਿਣ ਵਾਲੇ ਬਹੁਤ ਹੀ ਜੰਗਲੀ ਜਿਹੇ ਲੋਕ ਹਨ, ਇਹਨਾਂ ਦਾ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ, ਪਰ ਇਹਨਾਂ ਦਾ ਜਿਹੜਾ ਰਹਿਬਰ ਹੋਇਆ ਵਾ ਉਹ ਬਹੁਤ ਕਰਨੀ ਵਾਲਾ ਸੀ। ਇਹ ਇਹਨਾਂ ਨੂੰ 3 ਚੀਜ਼ਾਂ ਦੇ ਕੇ ਗਿਆ ਆ। ਇੱਕ ਕੋਈ ਗ੍ਰੰਥ ਆ ਜਿਹਦੀ ਇਹ ਬਾਣੀ ਪੜ੍ਹਦੇ ਨੇ ਅਤੇ ਉਸ ਬਾਣੀ ਨੂੰ ਪੜ੍ਹ ਕੇ ਇਹ ਕੋਈ ਮਿੱਠਾ ਪਾਣੀ ਤਿਆਰ ਕਰਦੇ ਨੇ ਜਿਸ ਨੂੰ ਪੀ ਕੇ ਗਿੱਦੜ ਵੀ ਸ਼ੇਰ ਬਣ ਜਾਂਦੇ ਨੇ, ਅਤੇ ਫਿਰ ਇਹਨਾਂ ਦਾ ਕੋਈ ਇੱਕ ਆਬੇ ਹਯਾਤ ਹੈ। ਆਬੇ ਹਯਾਤ ਉਹਨੇ ਅੰਮ੍ਰਿਤਸਰ ਦੇ ਸਰੋਵਰ ਵਾਸਤੇ ਸ਼ਬਦ ਵਰਤਿਆ ਸੀ। ਉਹਨਾਂ ਨੂੰ ਉਹ ਇੱਕ ਆਬੇ ਹਯਾਤ ਦੇ ਕੇ ਗਏ ਜਿਸ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਅੱਧਾ ਮਰਿਆ ਬੰਦਾ ਵੀ ਜਿਉਂਦਾ ਹੋ ਜਾਂਦਾ ਹੈ। ਸਾਰੀ ਗੱਲ ਸੁਣਨ ਤੋਂ ਬਾਅਦ ਅਬਦਾਲੀ ਕਹਿੰਦਾ ਹੈ ਕਿ ਇਹਨਾਂ ਦੇ ਇਕੱਠੇ ਹੋਣ 'ਤੇ ਰੋਕ ਲਾ ਦਿੱਤੀ ਜਾਵੇ, ਨਾ ਇਹ 5 ਇਕੱਠੇ ਹੋਣਗੇ ਅਤੇ ਨਾ ਹੀ ਅੰਮ੍ਰਿਤ ਤਿਆਰ ਕਰ ਪਾਉਣਗੇ ਜਿਸ ਨੂੰ ਪੀ ਕੇ ਗਿੱਦੜਾਂ ਤੋਂ ਸ਼ੇਰ ਬਣਦੇ ਨੇ। ਅਤੇ ਰਹੀ ਗੱਲ ਇਹਨਾਂ ਦੇ ਆਬੇ ਹਯਾਤ ਦੀ, ਤਾਂ ਉਸ ਨੂੰ ਪੂਰ ਦਿਓ, ਨਾ ਉਹ ਆਬੇ ਹਯਾਤ ਹੋਏਗਾ ਅਤੇ ਨਾ ਹੀ ਇਹ ਮਰੇ ਹੋਏ ਜਿਉਂਦੇ ਹੋਣਗੇ। ਅਬਦਾਲੀ ਦੀ ਇਸ ਗੱਲ ਨੂੰ ਹੁਕਮ ਵਿੱਚ ਲਿਆਉਂਦਿਆਂ ਹੋਇਆਂ ਮੁਗਲ ਫੌਜਾਂ ਨੇ ਦਰਬਾਰ ਸਾਹਿਬ ਨੂੰ ਤੋਪਾਂ ਦੇ ਨਾਲ ਉਡਾ ਦਿੱਤਾ ਅਤੇ ਇਸ ਦੇ ਸਰੋਵਰ ਨੂੰ ਜਾਨਵਰਾਂ ਦੀਆਂ ਹੱਡੀਆਂ ਅਤੇ ਗੰਦ ਦੇ ਨਾਲ ਪੂਰ ਕੇ ਰੱਖ ਦਿੱਤਾ। ਇਹ ਖਬਰ ਸੁਣ ਕੇ ਬਾਬਾ ਦੀਪ ਸਿੰਘ ਜੀ ਦੇ ਡੋਲੇ ਫੜਕਣ ਲੱਗ ਜਾਂਦੇ ਹਨ, ਗੁੱਸੇ ਨਾਲ ਉਹਨਾਂ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਨੇ। ਉਹਨਾਂ ਦਾ ਹੱਥ ਕਲਮ ਤੋਂ ਛੁੱਟ ਕੇ 18 ਸਿਰ ਦੇ 2 ਤਾਰੀਖ ਖੰਡੇ ਨੂੰ ਜਾ ਕੇ ਪੈ ਜਾਂਦਾ ਹੈ। ਉਸ ਵੇਲੇ ਬਾਬਾ ਜੀ ਦੀ ਉਮਰ 75 ਸਾਲ ਦੀ ਹੁੰਦੀ ਹੈ। ਹੁਣ ਇੱਥੇ ਇੱਕ ਕਿੰਨੀ ਅਚਰਜ ਵਾਲੀ ਗੱਲ ਆ ਕਿ ਜਦੋਂ ਭਰ ਜਵਾਨੀ ਸੀ ਬਾਬਾ ਜੀ ਉੱਪਰ, ਤਾਂ ਉਹ ਸਾਰੀ ਉਮਰ ਕਲਮ ਚਲਾਉਂਦੇ ਰਹੇ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਲਿਖਦੇ ਰਹੇ, ਖਜ਼ਾਨਾ ਪੋਥੀਆਂ ਲਿਖਦੇ ਰਹੇ, ਅਤੇ ਹੁਣ ਜਦੋਂ ਕਲਮ ਚਲਾਉਣ ਦਾ ਸਮਾਂ ਸੀ ਤਾਂ ਉਹਨਾਂ ਨੇ ਆਪਣਾ ਹੱਥ ਖੰਡੇ ਨੂੰ ਪਾ ਲਿਆ। ਉਹ ਦਮਦਮਾ ਸਾਹਿਬ ਦੀ ਧਰਤੀ ਤੋਂ ਅਰਦਾਸ ਕਰਕੇ ਤੁਰਦੇ ਹਨ ਕਿ ਜਦ ਤੱਕ ਮੈਂ ਤੇਰੇ ਦਰ ਕਰਦੇ ਹੋਏ ਬੇਦਬੀ ਦਾ ਬਦਲਾ ਨਹੀਂ ਲੈ ਲੈਂਦਾ, ਉਦੋਂ ਤੱਕ ਮੈਂ ਆਪਣੇ ਪ੍ਰਾਣ ਨਹੀਂ ਤਿਆਗਾਂਗਾ। ਜਦੋਂ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਤੋਂ ਤੁਰਦੇ ਹਨ ਤਾਂ ਉਹਨਾਂ ਦੇ ਨਾਲ ਸਿਰਫ 4-5 ਸਿੰਘ ਹੁੰਦੇ ਹਨ। ਭਿੱਖੀ ਵਿੰਡ ਖੇਮ ਕਰਨ ਦੇ ਰਸਤੇ ਤੋਂ ਹੁੰਦੇ ਹੁੰਦੇ ਜਦੋਂ ਤਰਨ ਤਾਰਨ ਪਹੁੰਚਦੇ ਹਨ ਤਾਂ ਉੱਥੋਂ ਤੱਕ ਆਉਂਦੇ ਆਉਂਦੇ ਸਿੰਘਾਂ ਦੀ ਗਿਣਤੀ 5,000 ਹੋ ਜਾਂਦੀ ਆ। ਹੁਣ ਤਰਨ ਤਾਰਨ ਸਾਹਿਬ ਵਿਖੇ ਇੱਕ ਵਾਰ ਫਿਰ ਅਰਦਾਸ ਕੀਤੀ ਜਾਂਦੀ ਆ, ਹੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ, ਮੈਂ ਗੁਰੂ ਰਾਮਦਾਸ ਜੀ ਦੇ ਦਰਦੀ ਹੋਈ ਬੇਦਬੀ ਦਾ ਬਦਲਾ ਲੈਣ ਜਾ ਰਿਹਾ, ਆਪ ਜੀ ਕਿਰਪਾ ਕਰਿਓ, ਅੰਗ ਸੰਗ ਸਹਾਈ ਹੋਣਾ। ਅਰਦਾਸ ਕਰਨ ਤੋਂ ਬਾਅਦ ਦਰਬਾਰ ਸਾਹਿਬ ਵੱਲ ਅੱਗੇ ਵਧਣ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਆਪਣੇ 2 ਧਾਰੀ ਖੰਡੇ ਦੇ ਨਾਲ ਧਰਤੀ ਉੱਪਰ ਲਕੀਰ ਖਿੱਚਦੇ ਨੇ ਅਤੇ ਸਿੰਘਾਂ ਨੂੰ ਵੰਗਾਰ ਕੇ ਕਹਿੰਦੇ ਹਨ ਕਿ ਅਜੇ ਵੀ ਤੁਹਾਡੇ ਕੋਲ ਟਾਈਮ ਹੈ, ਜਿਨ੍ਹਾਂ ਨੂੰ ਆਪਣੇ ਪਰਿਵਾਰਾਂ ਨਾਲ ਪਿਆਰ ਹੈ, ਜਿਨ੍ਹਾਂ ਨੂੰ ਆਪਣੀ ਜਾਨ ਪਿਆਰੀ ਹੈ, ਅਜੇ ਵੀ ਪਿੱਛੇ ਮੁੜ ਜਾਵੋ, ਕਿਸੇ ਨੂੰ ਕੁਝ ਨਹੀਂ ਕਿਹਾ ਜਾਵੇਗਾ, ਪਰ ਜੋ ਸਿਰ ਧੜ ਦੀ ਬਾਜ਼ੀ ਲਾਉਣ ਲਈ ਤਿਆਰ ਹਨ, ਗੁਰੂ ਰਾਮਦਾਸ ਜੀ ਦੇ ਦਰ ਵਾਸਤੇ ਆਪਣਾ ਸੀਸ ਕਟਾਉਣ ਲਈ ਤਿਆਰ ਹਨ, ਉਹ ਇਸ ਲੀਕ ਨੂੰ ਪਾਰ ਕਰਕੇ ਮੇਰੇ ਪਿੱਛੇ ਆ ਜਾਣ। ਇਤਿਹਾਸ ਗਵਾਹ ਹੈ ਕਿ ਕਿਸੇ ਵੀ ਸਿੰਘ ਨੇ 1 ਮਿੰਟ ਵੀ ਨਹੀਂ ਲਾਇਆ, ਸਾਰੇ ਦੇ ਸਾਰੇ ਸਿੰਘ ਲੀਕ ਪਾਰ ਕਰਕੇ ਬਾਬਾ ਜੀ ਵਾਲੇ ਪਾਸੇ ਆ ਕੇ ਖੜ੍ਹੇ ਹੋ ਗਏ। ਇਸ ਤੋਂ ਬਾਅਦ ਬਾਬਾ ਜੀ ਆਪਣੇ ਜੱਥੇ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਵੱਲ ਨੂੰ ਵੱਧਦੇ ਹਨ। ਉਹਨਾਂ ਦੀ ਕੀਤੀ ਇਸ ਅਰਦਾਸ ਨੂੰ ਪੰਜਾਬੀ ਦਾ ਸ਼ਹਿਰ ਇਸ ਤਰ੍ਹਾਂ ਲਿਖਦਾ ਹੈ, ਭਾਜੜਾ ਸਿੱਖੀ ਦੇ ਵੈਰੀਆਂ ਨੂੰ ਪਾਵਾਂਗਾ ਮੈਂ, ਸਿੱਖੀ ਸਿਦਕ ਨੂੰ ਦਾਗ ਨਾ ਲਾਵਾਂਗਾ ਮੈਂ, ਕੜਾਹ ਪ੍ਰਸ਼ਾਦ ਗੁਰੂ ਘਰ ਚੜ੍ਹਾਉਂਦੇ ਨੇ ਲੋਕ, ਐ ਪਰ ਸੀਸ ਪ੍ਰਸ਼ਾਦ ਚੜ੍ਹਾਵਾਂਗਾ ਮੈਂ। ਅਰਦਾਸ ਕਰਨ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਆਪਣੇ ਚਿੱਟੇ ਰੰਗ ਦੇ ਘੋੜ ਤੇ ਸਵਾਰ ਹੋ ਕੇ ਇੱਕ ਹੱਥ 'ਚ 18 ਸਿਰ ਦਾ 2 ਧਾਰੀ ਖੰਡਾ ਅਤੇ ਦੂਜੇ ਹੱਥ ਵਿੱਚ ਉਨੇ ਹੀ ਭਾਰ ਦਾ ਗੁਰਜ ਚੱਕ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਚਾਲੇ ਪਾ ਦਿੰਦੇ ਹਨ। ਹੁਣ ਗੁਰਜ ਨੂੰ ਲੈ ਕੇ ਕਈਆਂ ਦੇ ਮਨ ਵਿੱਚ ਸ਼ੰਕਾ ਵੀ ਆਉਂਦਾ ਹੈ, ਕਿਉਂਕਿ ਅਸੀਂ ਜ਼ਿਆਦਾਤਰ ਬਾਬਾ ਜੀ ਦੇ ਖੰਡੇ ਦਾ ਜ਼ਿਕਰ ਸੁਣਿਆ ਹੈ, ਗੁਰਜ ਦਾ ਨਹੀਂ। ਤਾਂ ਮੈਂ ਉਹਨਾਂ ਦੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਮੁਗਲ ਜਰਨੈਲ ਕਰੀਮ ਬਖਸ਼ ਨੂੰ ਬਾਬਾ ਦੀਪ ਸਿੰਘ ਜੀ ਨੇ ਸਿਰ ਵਿੱਚ ਗੁਰਜ ਮਾਰ ਕੇ ਹੀ ਮਾਰਿਆ ਸੀ ਅਤੇ ਉਸ ਗੁਰਜੇ ਦੇ ਦਰਸ਼ਨ ਤੁਸੀਂ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕਰ ਸਕਦੇ ਹੋ। ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਰੋਜ਼ ਰਹਿਰਾਸ ਸਾਹਿਬ ਜੀ ਤੋਂ ਬਾਅਦ ਸ਼ਸਤਰਾਂ ਦਰਸ਼ਨ ਕਰਾਏ ਜਾਂਦੇ ਨੇ, ਜਿਨ੍ਹਾਂ ਵਿੱਚ ਬਾਬਾ ਦੀਪ ਸਿੰਘ ਜੀ ਦੇ ਬਾਕੀ ਸ਼ਸਤਰਾਂ ਦੇ ਨਾਲ ਇਹ ਗੁਰਜ ਵੀ ਮੌਜੂਦ ਹੈ। ਤਰਨ ਤਾਰਨ ਤੋਂ ਚੱਲ ਕੇ ਬਾਬਾ ਦੀਪ ਸਿੰਘ ਜੀ ਜਦੋਂ ਗੋਲਵਾੜ ਵਿਖੇ ਪਹੁੰਚਦੇ ਹਨ ਤਾਂ ਉੱਥੇ ਉਹਨਾਂ ਦਾ ਸਾਹਮਣਾ ਜਹਾਨ ਖਾਨ ਦੇ ਨਾਲ ਹੋ ਜਾਂਦਾ ਹੈ, ਜੋ ਆਪਣੀ ਫੌਜ ਨੂੰ ਲੈ ਕੇ ਬਾਬਾ ਦੀਪ ਸਿੰਘ ਜੀ ਨੂੰ ਰੋਕਣ ਵਾਸਤੇ ਆ ਰਿਹਾ ਹੁੰਦਾ ਹੈ।
ਹੁਣ ਇੱਥੇ ਜੇਕਰ ਦੋਨਾਂ ਫੌਜਾਂ ਦੀ ਤੁਲਨਾ ਕੀਤੀ ਜਾਵੇ ਤਾਂ ਬਾਬਾ ਦੀਪ ਸਿੰਘ ਜੀ ਜੱਥੇ ਦੇ ਵਿੱਚ ਕੌਣ ਨੇ? ਉਹ ਲੋਕ ਜੋ ਕੀਰਤੀ ਨੇ, ਕਾਂਬੇ ਨੇ, ਕਿਸਾਨ ਨੇ, ਜਿਨ੍ਹਾਂ ਦੇ ਕੋਲ ਕੋਈ ਬਹੁਤੇ ਵਧੀਆ ਜਾਂ ਆਧੁਨਿਕ ਹਥਿਆਰ ਨਹੀਂ ਹਨ। ਡਾਂਗਾ ਸੋਟੇ ਨੇ, ਤਲਵਾਰਾਂ ਨੇ, ਭਾਲੇ ਨੇ, ਨੇਜੇ ਨੇ, ਤੀਰ ਨੇ, ਬਸ ਇਹੀ ਕੁਛ ਨੇ, ਜਾਂ ਵੱਧ ਤੋਂ ਵੱਧ ਉਹਨਾਂ ਦੇ ਜਿਹੜੇ ਖੇਤੀ ਵਾਲੇ ਸੰਦ ਹੁੰਦੇ ਨੇ ਉਹ ਨੇ ਉਹਨਾਂ ਕੋਲ। ਅਤੇ ਦੂਜੇ ਪਾਸੇ ਜਿਹੜੀ ਜਹਾਨ ਖਾਨ ਦੀ ਫੌਜ ਆ ਉਹ ਜੰਗੀ ਸਾਜੋ ਸਮਾਨ ਦੇ ਨਾਲ ਪੂਰੀ ਤਰ੍ਹਾਂ ਲੈਸ ਆ। ਉਹਨਾਂ ਕੋਲ ਪਿਸਟਲ ਨੇ, ਉਹਨਾਂ ਕੋਲ ਤੋਪਾਂ ਨੇ, ਵਧੀਆ ਹਥਿਆਰ ਨੇ ਉਹਨਾਂ ਦੇ ਕੋਲ, ਅਤੇ ਉਹਨਾਂ ਦੀ ਗਿਣਤੀ ਬਾਬਾ ਜੀ ਦੇ ਜੱਥੇ ਵਾਲੇ ਸਿੰਘਾਂ ਤੋਂ ਵੀ ਕਿਤੇ ਜ਼ਿਆਦਾ ਆ। ਪਰ ਫਿਰ ਵੀ ਸਿੰਘ ਬਿਨਾਂ ਡਰੇ ਬੋਲੇ ਸੋਨੇਹਾਲ ਦਾ ਜੈਕਾਰਾ ਲਗਾ ਕੇ ਜਹਾਨ ਖਾਨ ਦੀ ਫੌਜ ਉੱਪਰ ਟੁੱਟ ਕੇ ਪੈ ਜਾਂਦੇ ਹਨ। ਜਹਾਨ ਖਾਨ ਹਾਥੀ ਉੱਪਰ ਬੈਠ ਕੇ ਸਿੰਘਾਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੁੰਦਾ ਹੈ। ਬਾਬਾ ਦੀਪ ਸਿੰਘ ਜੀ ਜੱਥੇ ਵਿੱਚ ਇੱਕ ਭਾਈ ਲਛਮਣ ਸਿੰਘ ਹੁੰਦੇ ਹਨ ਜੋ ਕਾਫੀ ਦੇਰ ਤੋਂ ਕਿਸੇ ਤਾਂਗ ਵਿੱਚ ਹੁੰਦੇ ਨੇ। ਹੁਣ ਇਸ ਜੰਗ ਦੇ ਵਿੱਚ ਅੱਜ ਦੀਆਂ ਫਿਲਮਾਂ ਵਰਗਾ ਇੱਕ ਸੀਨ ਵਾਪਰਦਾ ਹੈ, ਜਦੋਂ ਜਹਾਨ ਖਾਨ ਆਪਣੇ ਹਾਥੀ ਉੱਪਰ ਬੈਠ ਕੇ ਸਿੰਘਾਂ ਨਾਲ ਲੜਦਾ ਹੋਇਆ ਉਹਨਾਂ ਵੱਲ ਨੂੰ ਅੱਗੇ ਵੱਧਦਾ ਹੈ ਤਾਂ ਉਸਦਾ ਹਾਥੀ ਇੱਕ 5 ਕੁ ਫੁੱਟ ਮਿੱਟੀ ਦੇ ਟਿੱਬੇ ਦੇ ਕੋਲ ਆਉਂਦਾ ਹੈ। ਜਹਾਨ ਖਾਨ ਦੇ ਹਾਥੀ ਨੂੰ ਮਿੱਟੀ ਦੇ ਟਿੱਬੇ ਕੋਲ ਆਇਆ ਵੇਖ ਕੇ ਭਾਈ ਲਛਮਣ ਸਿੰਘ ਜੀ ਆਪਣੇ ਘੋੜੇ ਨੂੰ ਤੂਫਾਨ ਵਾਂਗ ਭਜਾਉਂਦੇ ਹਨ। ਉਹ ਮੁਗਲ ਫੌਜ ਨੂੰ ਆਪਣੇ ਘੋੜੇ ਦੇ ਨਾਲ ਚੀਰਦੇ ਹੋਏ ਉਸ ਮਿੱਟੀ ਦੇ ਟਿੱਬੇ ਉੱਪਰ ਆਪਣੇ ਘੋੜੇ ਨੂੰ ਚੜਾ ਕੇ ਜਹਾਨ ਖਾਨ ਦੇ ਹਾਥੀ ਕੋਲ ਛਾਲ ਮਰਵਾ ਦਿੰਦੇ ਹਨ। ਜਦੋਂ ਉਹਨਾਂ ਦਾ ਘੋੜਾ ਜਹਾਨ ਖਾਨ ਦੇ ਹਾਥੀ ਕੋਲ ਛਾਲ ਮਾਰਦਾ ਹੈ ਤਾਂ ਭਾਈ ਲਛਮਣ ਸਿੰਘ ਜੀ ਬਿਜਲੀ ਦੀ ਫੁਰਤੀ ਦੇ ਨਾਲ ਇੱਕ ਕਿਰਪਾਨ ਕੱਢ ਕੇ ਉਸਦਾ ਵਾਰ ਜਹਾਨ ਖਾਨ ਦੀ ਧੌਣ 'ਤੇ ਕਰਦੇ ਹਨ ਕਿ ਜਹਾਨ ਖਾਨ ਦਾ ਸਿਰ ਧੂੜਾਂ ਚੱਟ ਰਿਹਾ ਹੁੰਦਾ ਹੈ। ਹੁਣ ਇਹ ਉਹ ਸਮਾਂ ਸੀ ਜਦੋਂ ਜੰਗਾਂ ਆਪਣੇ ਜਰਨੈਲਾਂ ਦੇ ਸਿਰ 'ਤੇ ਲੜੀਆਂ ਜਾਂਦੀਆਂ ਸਨ, ਪਰ ਜਦੋਂ ਇਹਨਾਂ ਦੀ ਫੌਜ ਦਾ ਜਰਨੈਲ ਹੀ ਮਾਰਿਆ ਗਿਆ ਤਾਂ ਸਾਰੀ ਮੁਗਲ ਫੌਜ ਦੇ ਵਿੱਚ ਭਗਦੜ ਮੱਚ ਜਾਂਦੀ ਹੈ। ਇਹ ਫੌਜ ਮੁੜਦੇ ਪੈਰੀ ਪਿੱਛੇ ਲਾਹੌਰ ਵੱਲ ਨੂੰ ਭੱਜਣੀ ਸ਼ੁਰੂ ਹੋ ਜਾਂਦੀ ਹੈ। ਸਿੰਘਾਂ ਨੇ ਇਹ ਜੰਗ ਦਾ ਮੈਦਾਨ ਫਤਿਹ ਕਰ ਲਿਆ ਸੀ ਅਤੇ ਹੁਣ ਫਿਰ ਸਿੰਘ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਵਧਣ ਲੱਗਦੇ ਨੇ। ਜਿਹੜੀ ਫੌਜ ਸਿੰਘਾਂ ਕੋਲੋਂ ਹਾਰ ਕੇ ਲਾਹੌਰ ਵੱਲ ਨੂੰ ਜਾ ਰਹੀ ਸੀ ਉਹਨਾਂ ਨੂੰ ਰਸਤੇ ਵਿੱਚ ਤਮੂਰ ਮਿਲ ਜਾਂਦਾ ਹੈ। ਤਮੂਰ ਆਪਣੀ ਹੋਰ ਫੌਜ ਲੈ ਕੇ ਸਿੰਘਾਂ ਨੂੰ ਰੋਕਣ ਵਾਸਤੇ ਆ ਰਿਹਾ ਹੁੰਦਾ ਹੈ। ਜਿਹੜੀ ਫੌਜ ਹਾਰ ਕੇ ਲਾਹੌਰ ਵੱਲ ਨੂੰ ਭੱਜ ਰਹੀ ਸੀ ਉਹ ਉਸ ਫੌਜ ਨੂੰ ਵੀ ਆਪਣੇ ਨਾਲ ਦੁਬਾਰਾ ਰਲਾ ਕੇ ਸਿੰਘਾਂ ਉੱਪਰ ਹਮਲਾ ਕਰਨ ਵਾਸਤੇ ਅੱਗੇ ਵੱਧਦਾ ਹੈ। ਅਤੇ ਹੁਣ ਇੱਕ ਵਾਰ ਫਿਰ ਤੋਂ ਸਿੰਘਾਂ ਅਤੇ ਮੁਗਲਾਂ ਦੇ ਵਿੱਚ ਜੰਗ ਸ਼ੁਰੂ ਹੁੰਦਾ ਹੈ। ਇਹ ਜੰਗ ਜਿੱਥੇ ਅੱਜ ਗੁਰਦੁਆਰਾ ਟਾਲਾ ਸਾਹਿਬ ਬਣਿਆ ਹੈ ਉਸ ਜਗ੍ਹਾ 'ਤੇ ਹੁੰਦਾ ਹੈ। ਇਸ ਵਾਰ ਮੁਗਲਾਂ ਦੀ ਗਿਣਤੀ ਸਿੰਘਾਂ ਨਾਲੋਂ ਦੂਣੀ ਤੀਣੀ ਸੀ ਅਤੇ ਉਹ ਸਿੰਘਾਂ ਉੱਪਰ ਭਾਰੀ ਪੈ ਰਹੇ ਸੀ, ਪਰ ਫਿਰ ਵੀ ਸਿੰਘ ਹਾਰ ਨਹੀਂ ਸੀ ਮੰਨ ਰਹੇ। ਉਹ ਉਨੇ ਹੀ ਜੋਸ਼ ਨਾਲ, ਉਨੇ ਹੀ ਜਨੂੰਨ ਨਾਲ ਡਟ ਕੇ ਮੁਕਾਬਲਾ ਕਰ ਰਹੇ ਸੀ ਮੁਗਲਾਂ ਦਾ, ਜਿਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦਾ ਘੋੜਾ ਸ਼ਹੀਦ ਹੋ ਜਾਂਦਾ ਹੈ ਅਤੇ ਬਾਬਾ ਦੀਪ ਸਿੰਘ ਜੀ ਪੈਦਲ ਹੀ ਦੁਸ਼ਮਣਾਂ ਨਾਲ ਲੜਦੇ ਹੋਏ ਅੱਗੇ ਵੱਲ ਨੂੰ ਵੱਧਦੇ ਹਨ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਆਪਣੀ ਕਿਤਾਬ ਗੁਰਮਤਿ ਨਾਮ ਅਭਿਆਸ ਕਮਾਈ ਦੇ ਪਹਿਲੇ ਪੰਨੇ ਦੀ ਭੂਮਿਕਾ ਉੱਪਰ ਲਿਖਦੇ ਹਨ, ਬਾਬਾ ਦੀਪ ਸਿੰਘ ਜੀ ਦੇ ਸਰੀਰ ਵਿੱਚੋਂ ਨਾਮ ਦੀ ਇੱਕ ਐਸੀ ਤਰੰਗ ਉੱਠਦੀ ਸੀ ਕਿ ਉਹਨਾਂ ਦਾ ਖੰਡਾ ਜਿਸ ਦੇ ਸਿਰ 'ਤੇ ਵੀ ਪੈਂਦਾ ਸੀ ਉਸ ਦੇ ਉੱਪਰ ਵੀ ਉਸਦਾ ਅਸਰ ਹੋ ਜਾਂਦਾ ਸੀ। ਬਾਬਾ ਦੀਪ ਸਿੰਘ ਜੀ ਮੁਗਲ ਸਿਪਾਹੀਆਂ ਨੂੰ ਗਾਜਰ ਮੂਲੀ ਦੇ ਵਾਂਗ ਵੜਦੇ ਹੋਏ ਅੱਗੇ ਵੱਧ ਰਹੇ ਹੁੰਦੇ ਨੇ ਕਿ ਇਹ ਦੇਖ ਕੇ ਉਹਨਾਂ ਦਾ ਜਰਨੈਲ ਅਯਾਨ ਖਾਨ ਬਾਬਾ ਦੀਪ ਸਿੰਘ ਜੀ ਨੂੰ ਲਲਕਾਰ ਕੇ ਕਹਿੰਦਾ ਹੈ, ਕਿਉਂ ਆਪਣੇ ਬੰਦੇ ਮਰਵਾਉਣੇ ਆ, ਆਪਾਂ ਦੋਵੇਂ ਆਪਸ 'ਚ ਨਿਬੜ ਲੈਂਦੇ ਹਾਂ, ਜਿਹੜਾ ਬਚ ਗਿਆ ਉਸਦੀ ਫਤਿਹ ਹੋਊਗੀ। ਹੁਣ ਇੱਕ ਪਾਸੇ 75 ਸਾਲ ਦੇ ਬਜ਼ੁਰਗ ਬਾਬਾ ਦੀਪ ਸਿੰਘ ਜੀ ਅਤੇ ਦੂਜੇ ਪਾਸੇ 35 ਸਾਲਾਂ ਦਾ ਨੌਜਵਾਨ ਅਯਾਨ ਖਾਨ ਹੁੰਦਾ ਹੈ। ਦੋਨਾਂ ਦੇ ਵਿੱਚ ਬਹੁਤ ਘਮਸਾਨ ਦਾ ਯੁੱਧ ਹੁੰਦਾ ਹੈ ਕਿਉਂਕਿ ਅਯਾਨ ਖਾਨ ਵੀ ਬਹੁਤ ਬਹਾਦਰ ਯੋਧਾ ਸੀ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਦੋਵੇਂ ਸੂਰਮੇ ਲੜਦੇ ਲੜਦੇ ਅਖੀਰ 'ਤੇ ਇੱਕ ਅਜਿਹਾ ਇਕੱਠਾ ਵਾਰ ਕਰਦੇ ਹਨ ਕਿ ਦੋਨਾਂ ਸੂਰਮਿਆਂ ਦੇ ਸੀਸ ਧੜ ਤੋਂ ਅਲੱਗ ਹੋ ਜਾਂਦੇ ਨੇ। ਹੁਣ ਡਾਕਟਰ ਤੇਜਾ ਸਿੰਘ ਜੀ ਅਤੇ ਪ੍ਰੋਫੈਸਰ ਮਦਨਜੀਤ ਕੌਰ ਜੀ, ਇਹਨਾਂ ਦਾ ਮੰਨਣਾ ਆ ਕਿ ਬਾਬਾ ਜੀ ਦਾ ਸੀਸ ਧੜ ਤੋਂ ਅਲੱਗ ਨਹੀਂ ਸੀ ਆ, ਸਗੋਂ ਕੋਈ ਡੂੰਘਾ ਫੱਟ ਲੱਗਾ ਸੀ ਜਿਸ ਨੂੰ ਬਾਬਾ ਜੀ ਨੇ ਆਪਣੇ ਹੱਥ ਨਾਲ ਰੋਕ ਕੇ ਰੱਖ ਲਿਆ ਸੀ ਤਾਂ ਜੋ ਖੂਨ ਨਾ ਵਹਿ ਸਕੇ। ਉਹਨਾਂ ਦਾ ਮੰਨਣਾ ਹੈ ਕਿ ਜੇਕਰ ਸੀਸ ਧੜ ਤੋਂ ਅਲੱਗ ਹੋ ਜਾਊਗਾ ਤਾਂ ਉਸ ਨੂੰ ਬਾਅਦ ਵਿੱਚ ਚੁੱਕ ਕੇ ਆਪਣੀ ਤਲੀ ਲਟਕਾ ਲੈਣਾ ਇਹ ਤਾਂ ਫਿਰ ਕਰਾਮਾਤ ਹੋ ਜਾਂਦੀ ਹੈ ਅਤੇ ਸਿੱਖੀ ਦੇ ਵਿੱਚ ਕਰਾਮਾਤ ਦੀ ਕੋਈ ਥਾਂ ਨਹੀਂ। ਪਰ ਇੱਥੇ ਹੁਣ ਮੇਰਾ ਇੱਕ ਨਿੱਜੀ ਵਿਚਾਰ ਹੈ ਕਿ ਬਾਬਾ ਦੀਪ ਸਿੰਘ ਜੀ ਕੋਈ ਆਮ ਸ਼ਖਸੀਅਤ ਨਹੀਂ ਸਨ, ਇਹ ਉਹ ਸਨ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਸ਼ੀਰਵਾਦ ਦਿੱਤਾ ਸੀ ਕਿ ਤੁਹਾਡਾ ਬਚਨ ਕਦੇ ਵੀ ਖਾਲੀ ਨਹੀਂ ਜਾਊਗਾ,
ਤੁਸੀਂ ਜੋ ਪ੍ਰਣ ਕਰੋਗੇ ਉਸਨੂੰ ਮੌਤ ਵੀ ਨਹੀਂ ਟਾਲ ਸਕਦੀ। ਉਹਨਾਂ ਨੇ ਖੁਦ ਗੁਰੂ ਗੋਬਿੰਦ ਸਿੰਘ ਜੀ ਦੇ ਪਾਸੋਂ ਅੰਮ੍ਰਿਤ ਛਕਿਆ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਉਹਨਾਂ ਦੇ ਸਿਰ 'ਤੇ ਸੀ ਅਤੇ ਇਹ ਕੋਈ ਕਰਾਮਾਤ ਨਹੀਂ ਸਗੋਂ ਰੂਹਾਨੀਅਤ ਆ, ਅਤੇ ਰੂਹਾਨੀਅਤ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ। ਹੁਣ ਅੱਜ ਜੇਕਰ ਕੋਈ ਮੈਨੂੰ ਕਹੇ ਕਿ ਚੀਜ਼ ਸਾਬਤ ਕਰਕੇ ਵਿਖਾ ਤਾਂ ਮੈਂ ਇੰਨੀ ਕਮਾਈ ਵਾਲਾ ਨਹੀਂ ਹਾਂ ਕਿ ਮੈਂ ਇਸਨੂੰ ਸਾਬਤ ਕਰ ਸਕਾਂ, ਪਰ ਹਾਂ ਜੋ ਸਿੰਘ ਕਮਾਈ ਵਾਲੇ ਹੁੰਦੇ ਨੇ ਉਹ ਸਾਬਤ ਕਰਦੇ ਨੇ। ਅਤੇ ਆਪਾਂ ਇਤਿਹਾਸ ਵਿੱਚੋਂ ਭਾਈ ਤਾਰੂ ਸਿੰਘ ਜੀ ਦੀ ਵੀ ਉਦਾਹਰਣ ਲੈ ਸਕਦੇ ਹਾਂ। ਉਹਨਾਂ ਨੇ ਵੀ ਵਚਨ ਕੀਤੇ ਸੀ ਕਿ ਜਦ ਤੱਕ ਜ਼ਕਰੀਆ ਖਾਨ ਨਹੀਂ ਮਾਰਿਆ ਜਾਂਦਾ ਮੇਰੀ ਮੌਤ ਵੀ ਨਹੀਂ ਹੋਊਗੀ, ਅਤੇ ਉਹ ਵੀ ਬਿਨਾਂ ਖੋਪੜ ਤੋਂ 21 ਦਿਨ ਤੱਕ ਜਿਉਂਦੇ ਰਹੇ ਸਨ, ਉਦੋਂ ਤੱਕ ਜਦੋਂ ਤੱਕ ਜ਼ਕਰੀਆ ਖਾਨ ਮਰ ਨਹੀਂ ਜਾਂਦਾ। ਸੋ ਇਹ ਰੂਹਾਨੀਅਤ ਹੁੰਦੀ ਹੈ ਜੋ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ। ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਆ? ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਤੋਂ ਅਲੱਗ ਹੋਇਆ ਸੀ ਜਾਂ ਕੋਈ ਡੂੰਘਾ ਫੱਟ ਲੱਗਾ ਸੀ? ਮੈਨੂੰ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਹੁਣ ਜਦੋਂ ਇਕੱਠਾ ਵਾਰ ਕਰਨ ਦੇ ਨਾਲ ਅਯਾਨ ਖਾਨ ਅਤੇ ਬਾਬਾ ਦੀਪ ਸਿੰਘ ਜੀ ਦੇ ਸੀਸ ਧੜ ਤੋਂ ਅਲੱਗ ਹੋ ਜਾਂਦੇ ਨੇ, ਤਾਂ ਉਸ ਵੇਲੇ ਇੱਕ ਸਿੰਘ ਬਾਬਾ ਦੀਪ ਸਿੰਘ ਜੀ ਨੂੰ ਆਵਾਜ਼ ਦੇ ਕੇ ਕਹਿੰਦਾ ਹੈ ਕਿ ਬਾਬਾ ਜੀ ਤੁਸੀਂ ਤਾਂ ਪ੍ਰਣ ਕੀਤਾ ਸੀ ਕਿ ਤੁਸੀਂ ਹਰਿਮੰਦਰ ਸਾਹਿਬ ਵਿਖੇ ਪਹੁੰਚਣ ਤੋਂ ਪਹਿਲਾਂ ਆਪਣੇ ਪ੍ਰਾਣ ਨਹੀਂ ਤਿਆਗੋਗੇ, ਅਤੇ ਜੇਕਰ ਹੁਣ ਤੁਸੀਂ ਸ਼ਹੀਦ ਹੋ ਗਏ ਤਾਂ ਤੁਹਾਡਾ ਇਹ ਪ੍ਰਣ ਵਿੱਚੇ ਰਹਿ ਜਾਏਗਾ, ਉਸਦਾ ਕੀ ਹੋਵੇਗਾ? ਇਤਿਹਾਸਕਾਰ ਦੱਸਦੇ ਨੇ ਕਿ ਉਸ ਸਿੰਘ ਦੇ ਇੰਨਾ ਕਹਿਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦਾ ਸਰੀਰ ਦੁਬਾਰਾ ਹਰਕਤ ਵਿੱਚ ਆਉਂਦਾ ਹੈ। ਬਾਬਾ ਦੀਪ ਸਿੰਘ ਜੀ ਆਪਣੇ ਸੀਸ ਨੂੰ ਖੱਬੀ ਤਲੀ 'ਤੇ ਰੱਖ ਕੇ ਸੱਜੇ ਹੱਥ ਨਾਲ ਖੰਡਾ ਵਾਉਂਦੇ ਹੋਏ ਫਿਰ ਦੁਬਾਰਾ ਅੱਗੇ ਵਧਣ ਲੱਗਦੇ ਨੇ, ਅਤੇ ਜਦੋਂ ਮੁਗਲ ਇਹ ਵੇਖਦੇ ਨੇ ਕਿ ਬਾਬਾ ਦੀਪ ਸਿੰਘ ਜੀ ਦਾ ਪੂਰਾ ਸਰੀਰ ਲਹੂ ਨਾਲ ਗੜੋਚ ਹੋ ਚੁੱਕਾ ਹੈ ਪਰ ਫਿਰ ਵੀ ਬਾਬਾ ਦੀਪ ਸਿੰਘ ਜੀ ਬਿਨਾਂ ਸੀਸ ਤੋਂ ਲੜ ਰਹੇ ਨੇ, ਤਾਂ ਉਹ ਡਰ ਕੇ ਵਾਪਸ ਲਾਹੌਰ ਵੱਲ ਨੂੰ ਭੱਜਦੇ ਨੇ। ਉਹ ਕਹਿੰਦੇ ਨੇ ਕਿ ਸਾਨੂੰ ਜਿਉਂਦਾ ਨਾਲ ਲੜਨਾ ਆਉਂਦਾ ਹੈ ਪਰ ਇਹ ਤਾਂ ਮਰ ਕੇ ਵੀ ਲੜਦੇ ਹਨ, ਸਾਨੂੰ ਮਰਿਆਂ ਨਾਲ ਲੜਨਾ ਤਾਂ ਸਿਖਾਇਆ ਹੀ ਨਹੀਂ ਗਿਆ। ਇਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦਰਬਾਰ ਸਾਹਿਬ ਪਹੁੰਚਦੇ ਨੇ ਅਤੇ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਆਪਣਾ ਸੀਸ ਭੇਟ ਕਰਕੇ ਆਪਣੇ ਪ੍ਰਣ ਨੂੰ ਪੂਰਾ ਕਰਦੇ ਨੇ। ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਜਿਸ ਜਗ੍ਹਾ ਉੱਪਰ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਭੇਟ ਕੀਤਾ ਸੀ, ਅੱਜ ਵੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਉਸ ਜਗ੍ਹਾ 'ਤੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਬਣਾਇਆ ਗਿਆ ਹੈ, ਅਤੇ ਜਿਸ ਜਗ੍ਹਾ 'ਤੇ ਬਾਬਾ ਦੀਪ ਸਿੰਘ ਜੀ ਦੇ ਬਾਕੀ ਦੇ ਸਰੀਰ ਦਾ ਸੰਸਕਾਰ ਹੋਇਆ ਸੀ ਉਸ ਜਗ੍ਹਾ 'ਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਬਣਾਇਆ ਗਿਆ ਹੈ। ਸੋ ਇਹ ਸੀ ਬਾਬਾ ਦੀਪ ਸਿੰਘ ਜੀ ਦੇ ਜੀਵਨ ਦਾ ਸੰਪੂਰਨ ਇਤਿਹਾਸ। ਅਤੇ ਜਾਂਦੇ ਜਾਂਦੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੂੰਗਾ ਕਿ ਸਾਡੇ ਦਰਬਾਰ ਸਾਹਿਬ ਨੂੰ 84 ਤੱਕ ਬਹੁਤ ਵਾਰ ਹਟਾਇਆ ਗਿਆ ਪਰ ਸਿੱਖਾਂ ਨੇ ਕਦੀ ਵੀ ਇਸ ਗੱਲ ਦੀ ਉਡੀਕ ਨਹੀਂ ਕੀਤੀ ਕਿ ਸਾਡਾ ਰਾਜ ਆਊਗਾ ਤਾਂ ਫਿਰ ਅਸੀਂ ਇਸ ਨੂੰ ਕਾਇਮ ਕਰ ਲਾਂਗੇ, ਕਿਉਂਕਿ ਸੋਚਣ ਵਾਲੀ ਗੱਲ ਆ, ਉਸ ਵੇਲੇ ਸਿੰਘਾਂ ਕੋਲ ਕੋਈ ਰਾਜ ਭਾਗ ਨਹੀਂ ਸੀ ਹੁੰਦਾ, ਉਹਨਾਂ ਕੋਲ ਕੋਈ ਦੌਲਤਾਂ ਨਹੀਂ ਸੀ ਹੁੰਦੀਆਂ, ਉਹ ਤਾਂ ਜੰਗਲਾਂ 'ਚ ਰਹਿੰਦੇ ਸੀ, ਛੋਲੇ ਖਾ ਕੇ ਗੁਜ਼ਾਰੇ ਕਰਦੇ ਸੀ, ਘੋੜਿਆਂ ਦੀਆਂ ਕਾਠੀਆਂ 'ਤੇ ਸੌਂਦੇ ਸੀ, ਪਰ ਫਿਰ ਵੀ ਜਦੋਂ ਕਦੀ ਦਰਬਾਰ ਸਾਹਿਬ ਉੱਪਰ ਕੋਈ ਭੀੜ ਪਈ ਆ ਜਾਂ ਪੰਜਾਬ ਉੱਪਰ ਕੋਈ ਭੀੜ ਪਈ ਆ ਤਾਂ ਸਿੰਘ ਨਿਕਲ ਕੇ ਸਾਹਮਣੇ ਆਏ ਆ। ਉਹਨਾਂ ਨੇ ਕਿਹਾ ਕਿ ਸਾਡੇ ਘਰ ਰਹਿਣ ਪਰ ਅਸੀਂ ਗੁਰੂ ਰਾਮਦਾਸ ਜੀ ਦੇ ਘਰ ਜ਼ਰੂਰ ਬਣਾ ਕੇ ਰਹਿਣਾ ਹੈ। ਤਾਂ ਉਮੀਦ ਕਰਦਾ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਊਗੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਬਾਕੀਆਂ ਨਾਲ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਇੱਕ ਵਾਰ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ। ਮੈਨੂੰ ਤੁਹਾਡੇ ਕਮੈਂਟਾਂ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਆ, ਅਤੇ ਸਾਨੂੰ ਇਹ ਵੀ ਜ਼ਰੂਰ ਦੱਸਿਓ ਕਿ ਤੁਸੀਂ ਅਗਲੀ ਵੀਡੀਓ ਸਿੱਖ ਇਤਿਹਾਸ ਜਾਂ ਪੰਜਾਬ ਦੇ ਕਿਸ ਮੁੱਦੇ 'ਤੇ ਕਿਸ ਟੌਪਿਕ 'ਤੇ ਵੀਡੀਓ ਚਾਹੁੰਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਉਸ ਟੌਪਿਕ ਦੇ ਉੱਪਰ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਏ। ਅਤੇ ਜਾਂਦੇ ਜਾਂਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਹੌਸਲੇ ਨੂੰ ਜ਼ਰੂਰ ਵਧਾਇਓ ਅਤੇ ਬੈਲ ਦਾ ਆਈਕਨ ਨੂੰ ਦਬਾਉਣਾ ਨਾ ਭੁੱਲਿਓ। ਵਾਹਿਗੁਰੂ ਜੀ ਕਾ ਖਾਲਸਾ। ਬਾਬਾ ਦੀਪ ਸਿੰਘ ਬਗੈਰ ਸੀਸ ਤੋਂ ਲੜਦਾ ਰਿਹਾ। ਸਿੱਖੋ, ਦੁਨੀਆਂ ਨੂੰ ਕਿਉਂ ਪਾਗਲ ਬਣਾਉਂਦੇ ਜੇ? ਅੱਜ ਕੱਲ੍ਹ ਪੜ੍ਹਿਆ ਲਿਖਿਆ ਜ਼ਮਾਨਾ ਵੈ, ਸਾਇੰਸ ਦਾ ਜ਼ਮਾਨਾ, ਹੁਣ ਲੋਕ ਪੜ੍ਹ ਲਿਖ ਗਏ ਆ, ਹੁਣ ਲੋਕਾਂ ਨੂੰ ਸਾਰਾ ਪਤਾ ਹੈ, ਕਹਾਣੀਆਂ ਕਹੂਣੀਆਂ ਛੱਡੋ। ਹਾਂਜੀ, ਬਗੈਰ ਸੀਸ ਤੋਂ ਬੰਦੇ ਨੂੰ ਨਜ਼ਰ ਨਾ ਆਉਂਦਾ ਹੋਵੇ, ਬਗੈਰ ਅੱਖਾਂ ਤੋਂ ਬੰਦਾ ਕਿੱਦਾਂ ਦੇਖ ਸਕਦਾ? ਹਾਂ, ਵਾਹ ਬਈ ਵਾਹ। ਅੱਜ ਵੀ ਕਈ ਲੋਕ, ਕਈ ਕੌਮਾਂ ਇੱਦਾਂ ਦੀਆਂ ਜਿਹੜੀਆਂ ਅੰਨੀਆਂ ਦੀਆਂ ਅੰਨੀਆਂ, ਜਿਨ੍ਹਾਂ ਨੂੰ ਹੱਕ ਦੀ ਸੱਚ ਦੀ ਪਹਿਚਾਣ ਹੀ ਕੋਈ ਨਹੀਂ, ਅਤੇ ਆਪਣੇ ਆਪ ਨੂੰ ਬੜੀਆਂ ਪੜ੍ਹੀਆਂ ਲਿਖੀਆਂ ਅਤੇ ਬੜੀਆਂ ਮਾਡਰਨ ਸਮਝਦੀਆਂ, ਅਤੇ ਹੈਗੀਆਂ ਅੰਨੀਆਂ ਦੀਆਂ ਅੰਨੀਆਂ। ਹਾਂਜੀ,
ਦੇਖਣ ਵਾਸਤੇ ਅੱਖ ਦੀ ਲੋੜ ਨਹੀਂ ਹੈ। ਹਾਂਜੀ ਪੁੱਛੋਗੇ ਦਲੀਲ, ਕਰਦਾ ਤੁਹਾਡਾ ਇਲਾਜ। ਮੁਸਲਮਾਨ ਐਸਾ ਜਵਾਬ ਦੇਵਾਂਗਾ 14 ਤਬਕ ਰੋਸ਼ਨ ਹੋਣਗੇ। ਹਾਂ ਬਹੁਤ ਵਧੀਆ ਵੀਡੀਓ ਬਣਾਈ ਹੈ ਅਤੇ ਬੜੇ ਵਧੀਆ ਤਰੀਕੇ ਨਾਲ ਬਣਾਈ ਹੈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਸ਼ੈਤਾਨ ਇੱਕ, ਮੈਂ ਤੁਹਾਨੂੰ ਜਿਸ ਨਾਲ ਮੁਸਲਮਾਨ ਤੁਹਾਨੂੰ ਇੱਕ ਕੁਲੀਆ ਦੇਣ ਲੱਗਾ, ਜਾਓ ਸ਼ੈਤਾਨ ਨੂੰ ਪਹਿਚਾਣਨਾ ਹੋਵੇ ਨਾ ਇੱਕੋ ਸ਼ਬਦ ਤੋਂ ਪਹਿਚਾਣ ਲਵੋ। ਹਾਹਾ ਵਾਹ ਬਈ ਵਾਹ। ਸ਼ੈਤਾਨ ਹਮੇਸ਼ਾ ਅਟੈਕ ਕਰਦਾ ਨਾ ਅਤੇ ਵਾਹਿਗੁਰੂ ਜੀ ਦੇ ਖਾਲਸੇ ਦੇ ਉੱਤੇ ਅਟੈਕ ਕਰਦਾ। ਹੁਣ ਸਿੱਖ ਕਹਿਣਗੇ ਮੁਸਲਮਾਨਾਂ ਵਾਹਿਗੁਰੂ ਜੀ ਦਾ ਖਾਲਸਾ, ਇਹ ਕੀ? ਇਹ ਤਾਂ ਫਤਿਹ ਹੈ। ਵਾਹਿਗੁਰੂ ਜੀ ਦਾ ਖਾਲਸਾ ਉਹਨੂੰ ਕਹਿੰਦੇ ਆ ਜਿਹੜੀ ਉਸ ਮਾਲਕ ਦੀ ਦੇਣ। ਸਾਹ ਕਿਹਨੇ ਦਿੱਤਾ? ਉਸ ਮਾਲਕ ਨੇ ਦਿੱਤਾ। ਅੱਖਾਂ ਕਿਹਨੇ ਦਿੱਤੀਆਂ? ਉਸ ਮਾਲਕ ਨੇ ਦਿੱਤੀਆਂ। ਨੱਕ, ਕੰਨ, ਚੰਦ, ਸੂਰਜ, ਜੋ ਕੁਛ ਵੀ ਹੈ ਨਾ, ਜਿਹੜੀ ਚੀਜ਼ ਦਾ ਤੱਲਕ ਜਿਹੜੀ ਉਸ ਮਾਲਕ ਨੇ ਦਿੱਤੀ ਹੈ ਨਾ, ਉਹ ਹੈਗਾ ਵੈ ਉਹਦਾ ਤੱਲਕ ਹੈ ਵਾਹਿਗੁਰੂ ਜੀ ਦੇ ਖਾਲਸੇ ਨਾਲ। ਸਾਹ ਵਰਗਾ ਦੂਜਾ ਕੋਈ ਸਾਹ ਨਹੀਂ ਦੇ ਸਕਦਾ। ਇਹ ਖਾਲਸ ਹੈ, ਇਹ ਪਿਓਰ ਹੈ, ਜਨਮਨ ਹੈ। ਕੋਈ ਇੱਕ ਮਿੰਟ ਕੋਈ ਸਾਹ ਵੀ ਨਹੀਂ ਵਧਾ ਸਕਦਾ, ਕੋਈ ਦੁਨੀਆ ਦੀ ਮਸ਼ੀਨ ਇੱਕ ਸਾਹ ਨੂੰ ਨਹੀਂ ਵਧਾ ਸਕਦੀ। ਇਹ ਖਾਲਸ ਹੈ, ਪਿਓਰ ਹੈ, ਜਨਮਨ ਹੈ। ਇਹਦਾ ਤੱਲਕ ਹੈ ਵਾਹਿਗੁਰੂ ਜੀ ਦੇ ਖਾਲਸੇ ਨਾਲ। ਜਦੋਂ ਦੀ ਦੁਨੀਆ ਬਣੀ ਨਾ, ਸੂਰਜ ਕਦੀ ਇੱਕ ਸੈਕਿੰਡ ਲੇਟ ਨਹੀਂ ਹੋਇਆ। ਉਹਦਾ ਤੱਲਕ ਵਾਹਿਗੁਰੂ ਦੇ ਖਾਲਸੇ ਨਾਲ ਹੈ। ਸੂਰਜ ਨੇ ਕਦੀ ਇਹ ਨਹੀਂ ਕਿਹਾ ਇੱਧਰ ਨੂੰ ਗਰਮੀ ਹੋਏ ਅਤੇ ਮੈਂ ਨੂੰ ਹੋਏਵਾਂ। ਮੇਰੇ ਕਹਿਣ ਦਾ ਮਤਲਬ, ਹੁਣ ਮੈਂ ਗੱਲ ਕਰਨ ਲੱਗਾ, ਕੋਈ ਵੀ ਤੁਹਾਡਾ ਰਿਸ਼ਤੇਦਾਰ ਹੈ, ਕੋਈ ਵੀ ਤੁਹਾਡਾ ਜਿਹੜਾ ਉਹਦਾ ਨਾ ਭੈਣ ਹੈ, ਕੋਈ ਭਰਾ ਹੈ, ਜਿਹੜਾ ਵਾਹਿਗੁਰੂ ਦੇ ਖਾਲਸੇ ਦੇ ਉੱਤੇ ਬੋਲੇ ਨਾ, ਉਹ ਸਮਝੋ ਸ਼ੈਤਾਨ। ਜਿਹੜਾ ਬੱਚਿਆਂ ਦੇ ਨੁਕਸ ਕੱਢੇ ਨਾ, ਆਪਣਾ ਬੱਚੇ ਨੂੰ ਸਮਝੇ, ਆਪਣੇ ਬੱਚੇ ਨੂੰ ਸਮਝੇ ਕੁਛ ਹੋਰ ਅਤੇ ਦੂਜਿਆਂ ਦੇ ਬੱਚੇ ਨੂੰ ਸਮਝੇ ਕੁਛ ਹੋਰ, ਦੂਜਿਆਂ ਦੀਆਂ ਇੱਜ਼ਤਾਂ ਨੂੰ ਸਮਝੇ ਕੁਛ ਹੋਰ ਅਤੇ ਆਪਣੀ ਧੀ ਨੂੰ ਸਮਝੇ ਕੁਛ ਹੋਰ, ਉਹ ਸ਼ੈਤਾਨ। ਹਾਂਜੀ ਕਿਉਂਕਿ ਵਾਹਿਗੁਰੂ ਜੀ ਦਾ ਖਾਲਸਾ ਧੀਆਂ ਨੂੰ ਇੱਜ਼ਤ ਕਿਹਨੇ ਦਿੱਤੀ? ਉਸ ਮਾਲਕ ਨੇ ਦਿੱਤੀ। ਹਾਂਜੀ ਕਿਆ ਸੋਕ ਮੰਦਾ ਆਖੀਏ, ਇਹਨੂੰ ਮੰਦਾ ਨਹੀਂ ਕਹਿਣਾ, ਉਸ ਮਾਲਕ ਨੇ ਦਿੱਤੀ। ਹੁਣ ਇਹ ਦੇਣ ਕਿਹਦੀ ਸੀ? ਉਸ ਮਾਲਕ ਦੀ ਦੇਣ ਸੀ। ਜਿਹੜਾ ਇਹਦੇ ਉੱਤੇ ਬੋਲਦਾ ਨਾ, ਜਿਹੜਾ ਅਕਾਲ, ਜਿਹੜਾ ਤਖਤਾਂ ਦੇ ਉੱਤੇ ਹੱਥ ਪਾਉਂਦਾ ਨਾ, ਜਿਹੜਾ ਹੁੰਦਾ ਨਾ ਖਾਲਸਾਈ, ਜਿਹੜਾ ਹੁੰਦਾ ਨਾ ਸਰੂਪ ਦੇ ਉੱਤੇ ਜਿਹੜਾ ਹੱਥ ਪਾਉਂਦਾ ਨਾ, ਜਿਹੜਾ ਹੁੰਦਾ ਨਾ ਪੱਗ ਦੇ ਨੁਕਸ ਕੱਢਦਾ, ਜਿਹੜਾ ਹੁੰਦਾ ਨਾ ਕਿਰਪਾਨ ਦੇ ਨੁਕਸ ਕੱਢਦਾ, ਉਹ ਸ਼ੈਤਾਨ। ਹਾਂਜੀ ਕੋਈ ਵੀ ਜਿਹਦਾ ਤੱਲਕ ਵਾਹਿਗੁਰੂ ਦੇ ਖਾਲਸੇ ਨਾਲ, ਜਿਹੜੀ ਉਸ ਮਾਲਕ ਨੇ ਚੀਜ਼ ਦਿੱਤੀ ਹੈ ਨਾ, ਜਿਹੜਾ ਉਹਦਾ ਭਾਣਾ ਨਹੀਂ ਨਾ ਮੰਨਦਾ, ਉਹ ਸ਼ੈਤਾਨ। ਜਿਹੜਾ ਕਹਿੰਦਾ ਨਾ ਮਾਲਕਾ ਦਿੱਤੀ ਸੀ ਅਤੇ ਖੋ ਵੀ ਲਈ, ਉਹ ਸ਼ੈਤਾਨ। ਇਹਨੂੰ ਕਹਿੰਦੇ ਭਾਣਾ ਨਹੀਂ ਮੰਨਣਾ, ਕਿ ਵੀ ਉਹਦੀ ਉਸ ਮਾਲਕ ਦੀ ਰਜ਼ਾ ਦੇ ਵਿੱਚ ਖੁਸ਼ ਨਹੀਂ ਰਹਿਣਾ, ਕਿਉਂਕਿ ਸ਼ੈਤਾਨ ਉਸ ਮਾਲਕ ਦੀ ਰਜ਼ਾ ਦੇ ਵਿੱਚ ਨਾ ਖੁਸ਼ ਹੁੰਦਾ ਵੈ ਅਤੇ ਨਾ ਕਿਸੇ ਨੂੰ ਰਹਿਣ ਦਿੰਦਾ। ਸੋ ਪਤਾ ਲੱਗ ਗਿਆ ਹੋਏਗਾ ਵਾਹਿਗੁਰੂ ਜੀ ਦੇ ਖਾਲਸੇ ਦਾ। ਹੁਣ ਆਪਾਂ ਅੱਗੇ ਆਪਾਂ ਗੱਲ ਕਰਾਂਗੇ, ਤੁਹਾਨੂੰ ਖੁਦ ਬਖੁਦ ਪਤਾ ਚੱਲੇਗਾ ਕਿ ਬਾਬਾ ਦੀਪ ਸਿੰਘ ਦੀ ਤਾਕਤ। ਇਨਸਾਨ ਦੇ ਅੰਦਰ ਦੋ ਤਾਕਤਾਂ ਵਾ, ਇੱਕ ਰੂਹਾਨੀ ਤਾਕਤ ਹੈ, ਇੱਕ ਜਿਸਮਾਨੀ ਤਾਕਤ ਹੈ। ਰੂਹ, ਰੂਹਾਨੀ ਤਾਕਤ, ਰੂਹ ਉਸ ਮਾਲਕ ਦੇ ਕੋਲ ਜਾਣੀ ਹੈ, ਉਹਦਾ ਤੱਲਕ ਹੈ ਵਾਹਿਗੁਰੂ ਦੇ ਖਾਲਸੇ ਨਾਲ। ਅਤੇ ਰੂਹ ਨੂੰ ਸੈਂਸ ਮੰਨਦੀ ਨਹੀਂ ਹੈ, ਜਿਹੜੇ ਬੜੇ ਪੜ੍ਹੇ ਲਿਖੇ ਨਾ ਇਹ ਮੰਨਦੇ ਹੀ ਨਹੀਂ ਉਹਨੂੰ, ਇਹ ਸ਼ੈਤਾਨ। ਇਹ ਲੋਕਾਂ ਨੂੰ ਪਾਗਲ ਬਣਾਉਂਦੇ, ਰੂਹ ਨੂੰ ਨਹੀਂ ਮੰਨਦੇ।
ਤੇ ਕਿਹਦੀ ਸਾਨੂੰ ਨਜ਼ਰ ਹੀ ਨਹੀਂ ਹੁੰਦੀ। ਜਿਹੜੀ ਸ਼ਾਇਦ ਨਜ਼ਰ ਨਹੀਂ ਹੁੰਦੀ ਤੇ ਅਸੀਂ ਉਹਦੇ ਉੱਤੇ ਕਾਹਦਾ ਯਕੀਨ ਕਰੀਏ। ਇੰਨਾ ਨਹੀਂ ਪਤਾ ਇਹਨਾਂ ਕੋਲ ਅੱਖਾਂ ਨਹੀਂ ਹੈ ਦੇਖਣ ਵਾਸਤੇ। ਇਹ ਕਹਿੰਦੇ ਆ ਕਿ ਸੀਸ ਤੋਂ ਬਗੈਰ ਬਾਬਾ ਦੀਪ ਸਿੰਘ ਕਿੱਦਾਂ ਲੜ ਸਕਦਾ ਵੈ, ਨਹੀਂ ਲੜ ਸਕਦਾ। ਅੱਖਾਂ ਤੋਂ ਬਗੈਰ ਕਿੱਦਾਂ ਲੜ ਸਕਦਾ ਵੈ, ਸਾਹ ਕਿੱਦਾਂ ਲੈ ਸਕਦਾ ਵੈ। ਵਾਹ ਬਈ ਵਾਹ। ਇਹਨਾਂ ਕੋਲੋਂ ਬੰਦਾ ਇਹ ਪੁੱਛੇ, ਜਦੋਂ ਤੁਸੀਂ ਰਾਤ ਨੂੰ ਸੌਂਦੇ ਜੇ ਅੱਖਾਂ ਤੁਹਾਡੀਆਂ ਬੰਦ ਹੁੰਦੀਆਂ, ਜਦੋਂ ਤੁਸੀਂ ਖਾਬ ਦੇਖਦੇ ਜੇ ਉਹ ਅੱਖਾਂ ਬੰਦ ਕਰਕੇ ਦੇਖਦੇ ਜੇ ਜਾਂ ਅੱਖਾਂ ਖੋਲ੍ਹ ਕੇ ਦੇਖਦੇ ਜੇ। ਹੋਸ਼ ਇਹਨਾਂ ਨੂੰ ਹੁੰਦੀ ਕੋਈ ਨਹੀਂ, ਅੰਨੇ ਦੇ ਅੰਨਿਆਂ ਨੂੰ ਨਾ ਹੋਸ਼ ਹੁੰਦੀ ਹੈ, ਕੁਛ ਵੀ ਇਹਨਾਂ ਨੂੰ ਪਤਾ ਨਹੀਂ ਗਾ ਹੁੰਦਾ ਕਿਹੜਾ ਬੰਦਾ ਕੀ ਕਰ ਗਿਆ, ਕਿਹੜਾ ਟਾਈਮ ਹੋ ਗਿਆ ਅਤੇ ਕੀ ਹੋ ਗਿਆ, ਹੋਸ਼ ਵੀ ਕੋਈ ਨਹੀਂ ਹੁੰਦੀ। ਪਰ ਖਾਬ ਦੇਖਦੇ ਆ, ਇਹਨਾਂ ਕੋਲੋਂ ਬੰਦਾ ਇਹ ਪੁੱਛੇ, ਇਹ ਖਾਬ ਅੱਖਾਂ ਖੋਲ੍ਹ ਕੇ ਦੇਖਦੇ ਆ ਕਿ ਅੱਖਾਂ ਬੰਦ ਕਰਕੇ ਦੇਖਦੇ ਆ। ਉਸ ਮਾਲਕ ਨੇ ਦਲੀਲ ਰੱਖੀ ਇਹਨਾਂ ਦੇ ਅੰਦਰ, ਆਪਣੀ ਇੱਕ ਨਿਸ਼ਾਨੀ ਰੱਖੀ ਹੈ ਅੰਨਿਆਂ ਨੂੰ ਰਸਤਾ ਦਿਖਾਉਣ ਵਾਸਤੇ ਕਿ ਦੇਖਣ ਵਾਸਤੇ ਅੱਖਾਂ ਦੀ ਲੋੜ ਨਹੀਂ ਹੈ। ਹਾਂਜੀ, ਇਹਨਾਂ ਕੋਲੋਂ ਪੁੱਛੋ ਹਜ਼ਰਾ, ਇਹਨਾਂ ਨੂੰ ਖਾਬ ਹੁੰਦਾ ਕਿ ਨਹੀਂ? ਕਹਿੰਦੇ ਹੁੰਦਾ, ਯਾਦ ਵੀ ਹੈ। ਕਹਿੰਦੇ ਯਾਦ ਵੀ ਹੈ, ਹਾਲਾਂਕਿ ਪਿਆ ਬੇਹੋਸ਼ ਹੈ ਪਰ ਖਾਬ ਯਾਦ ਹੈ। ਵਾਹ ਬਈ ਵਾਹ। ਜਿਹੜਾ ਖਾਬ ਦੇਖਿਆ ਵੈ ਉਹ ਅੱਖਾਂ ਬੰਦ ਕਰਕੇ ਦੇਖਿਆ ਕਿ ਅੱਖਾਂ ਖੋਲ੍ਹ ਕੇ ਦੇਖਿਆ? ਕਹਿੰਦੇ ਅੱਖਾਂ ਬੰਦ ਕਰਕੇ ਦੇਖਿਆ। ਜੇ ਅੱਖਾਂ ਬੰਦ ਕਰਕੇ ਵੀ ਦੇਖਿਆ, ਖਾਨਾ ਖਰਾਬਾ, ਅੱਖਾਂ ਤੇਰੀਆਂ ਬੰਦ ਸੀ ਅਤੇ ਤੂੰ ਦੇਖਿਆ ਕਿੱਦਾਂ ਹੀ? ਸਾਇੰਸ ਇਸ ਚੀਜ਼ ਨੂੰ ਮੰਨਦੀ ਕੋਈ ਨਹੀਂ ਹੈ। ਹੈਂ? ਸੋ ਇੱਕ ਚੀਜ਼ ਤਾਂ ਜਿਹੜੀ ਹੁੰਦੀ ਨਾ, ਕਲੀਅਰ ਹੋ ਗਈ, ਦਲੀਲ ਮਿਲ ਗਈ, 14 ਤਬਕ ਰੋਸ਼ਨ ਹੋਣਗੇ। ਗੱਲ ਬੜੇ ਧਿਆਨ ਨਾਲ ਸੁਣਿਓ। ਹੁਣ ਆ ਜਾਂਦੇ ਹੈ ਕਿ ਉਸ ਚੀਜ਼ ਤੋਂ ਬਗੈਰ ਕਿਤੇ ਲੜ ਸਕਦਾ? ਦੇਖੋ, ਤਾਕਤਾਂ ਦੋ ਹੈ, ਇੱਕ ਰੂਹਾਨੀ ਹੈ, ਇੱਕ ਜਿਸਮਾਨੀ ਹੈ। ਜਿਸਮ ਹੈ, ਇੱਕ ਰੂਹ ਹੈ, ਜੋਤ, ਜੋਤ ਜਿਹਨੂੰ ਕਹਿੰਦੇ ਹੈ, ਜੋਤ ਕਹਿ ਲਓ, ਰੂਹ ਕਹਿ ਲਓ। ਰੂਹ ਦਾ ਤਲਕ ਉਸ ਵਾਹਿਗੁਰੂ ਦੇ ਖਾਲਸੇ ਨਾਲ ਹੈ। ਅੱਜ ਵੀ ਕਈ ਜਾਨਵਰ ਉਹ ਓਨੀ ਦੇਰ ਤੱਕ ਨਹੀਂ ਮਰਦੇ ਜਿੰਨੀ ਦੇਰ ਤੱਕ ਉਹਨਾਂ ਦੀ ਰੂਹ ਨਾ ਨਿਕਲ ਜਾਵੇ। ਹਾਂਜੀ, ਅੱਜ ਵੀ ਕਈ ਜਾਨਵਰਾਂ ਦੀ ਧੋਣ ਵੀ ਲਾ ਦੋ ਨਾ, ਪਰ ਓਨੀ ਦੇਰ ਤੱਕ ਉਹਨਾਂ ਦੀ ਜਾਨ ਨਹੀਂ ਨਿਕਲਦੀ ਜਿੰਨੀ ਦੇਰ ਤੱਕ ਰੂਹ ਨਾ ਨਿਕਲੇ। ਹੁਣ ਪਤਾ ਚੱਲਿਆ ਵੈ ਕਿ ਸਿਰ ਤੋਂ ਬਗੈਰ ਉਹ ਕਿਸ ਤਰ੍ਹਾਂ ਉਹਨਾਂ ਨੇ ਜੰਗ ਲੜੀ, ਕਿਸ ਤਰ੍ਹਾਂ ਉਹ ਸ਼ਹੀਦ ਹੋਏ, ਕਿਸ ਤਰ੍ਹਾਂ ਉਹ ਲੜਦੇ ਰਹੇ, ਕਿਉਂਕਿ ਰੂਹ ਵਿੱਚ ਹਜੇ ਹੈਗੀ ਸੀ, ਰੂਹ ਹੈਗੀ ਸੀ ਅਤੇ ਲੜਦੇ ਰਹੇ ਮਾਲਕ ਦਾ, ਕਿਉਂਕਿ ਰੂਹ ਤਾਂ ਮਾਲਕ ਦੀ ਸੀ, ਕਿਉਂਕਿ ਰੂਹ ਤਾਂ ਮਾਲਕ ਦੀ ਸੀ ਨਾ, ਅਤੇ ਮਾਲਕ ਨੇ ਰੂਹ ਕੱਢਣੀ ਸੀ ਅਤੇ ਉਹਨਾਂ ਨੇ ਡਿੱਗਣਾ ਸੀ ਨਾ। ਹੁਣ ਜਿਹੜੀ ਜਗ੍ਹਾ ਸੀ ਨਾ, ਉਸ ਜਗ੍ਹਾ ਦਾ ਤਲਕ ਵੀ ਵਾਹਿਗੁਰੂ ਜੀ ਦੇ ਖਾਲਸੇ ਨਾਲ ਹੈ। ਸ੍ਰੀ ਦਰਬਾਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦਾ ਤਲਕ ਵਾਹਿਗੁਰੂ ਦੇ ਖਾਲਸੇ ਨਾਲ ਹੈ, ਕਿਉਂਕਿ ਉੱਥੇ ਰੂਹਾਨੀ ਤਾਕਤ ਅੱਜ ਵੀ ਬੜੀ ਮਿਲਦੀ ਹੈ। ਹਾਂਜੀ, ਹੁਣ ਇਸ ਗੱਲ ਦਾ ਜਵਾਬ ਵੀ ਵਿੱਚੋਂ ਨਿਕਲ ਕੇ ਸਾਹਮਣੇ ਆ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਨੰਦਪੁਰ ਸਾਹਿਬ ਦੇ ਉੱਤੇ ਸਾਰਿਆਂ ਪਾਸੇ ਕਬਜ਼ਾ ਹੋਇਆ ਸੀਗਾ। ਅਨੰਦਪੁਰ ਸਾਹਿਬ ਦੇ ਉੱਤੇ ਇਹ ਬਾਬਾ ਦੀਪ ਸਿੰਘ, ਉਹਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹਿਫਾਜ਼ਤ ਕਿਉਂ ਨਹੀਂ ਕੀਤੀ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਛੱਡ ਕੇ ਕਿਉਂ ਆ ਗਿਆ? ਵੀ ਐਡਾ ਬਹਾਦਰ ਹੁੰਦਾ ਅਤੇ ਉੱਥੇ ਲੜਦਾ ਅਤੇ ਜਾ ਕੇ ਉਹਨਾਂ ਨੂੰ ਪਤਾ ਹੋ ਜਾਂਦਾ ਨਾ, ਉੱਥੇ ਜਾ ਕੇ ਪਰਾਂ ਕਰ ਦਿੰਦਾ? ਨਹੀਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਹੜੇ ਬੰਦੇ ਨੂੰ ਜਿੱਧਰ ਭੇਜਿਆ, ਐਵੇਂ ਨਹੀਂ ਭੇਜਿਆ ਛੋਟੇ ਸਾਹਿਬਜ਼ਾਦਿਆਂ ਨੂੰ ਜਿੱਧਰ ਭੇਜਿਆ ਸਹੀ ਭੇਜਿਆ, ਵੱਡੇ ਸਾਹਿਬਜ਼ਾਦਿਆਂ ਨੂੰ ਜਿੱਧਰ ਭੇਜਿਆ ਐਵੇਂ ਨਹੀਂ ਭੇਜਿਆ, ਅਤੇ ਜਿੱਧਰ ਫਿਰ ਬਾਬਾ ਦੀਪ ਸਿੰਘ ਨੂੰ ਭੇਜਿਆ ਨਾ,
ਆਹ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਇੱਥੇ ਤੱਲਕ ਹੈ ਵਾਹਿਗੁਰੂ ਜੀ ਦੇ ਫਤਿਹ ਦਾ, ਕਿਉਂਕਿ ਫਤਿਹ ਦੀ ਹੁੰਦੀ ਸਭ ਦੀ ਬਰਾਬਰੀ। ਹਾਂਜੀ, ਫਤਿਹ ਦੇ ਲਿਹਾਜ਼ ਨਾਲ ਸਾਰੇ ਬਰਾਬਰ, ਵਾਹਿਗੁਰੂ ਦੇ ਖਾਲਸੇ ਦੇ ਨਾਲ ਦੇ ਲਿਹਾਜ਼ ਨਾਲ ਉੱਤੇ ਹੈ ਅਤੇ ਉੱਤੇ ਹੈ, ਭੈਣ ਉੱਤੇ ਹੈ ਅਤੇ ਉੱਤੇ ਹੈ, ਕਿਉਂਕਿ ਸੌ ਕੁ ਮੰਦਾ ਆਖੀ ਇਹਨੂੰ ਮੰਦਾ ਨਹੀਂ ਕਹਿਣਾ, ਇਹ ਵਾਹਿਗੁਰੂ ਦਾ ਖਾਲਸਾ ਵੈ, ਇਹ ਉੱਤੇ ਉੱਤੇ ਹੈ, ਬਰਾਬਰ ਬਰੂਬਰ ਕੋਈ ਨਹੀਂ, ਮਾਂ ਉੱਤੇ ਹੈ ਅਤੇ ਉੱਤੇ ਹੈ। ਜਿਹੜਾ ਬੰਦਾ ਬੀਬੀ ਦੇ ਆਖੇ ਲਾ ਕੇ ਮਾਂ ਨੂੰ ਬਾਹਰ ਕੱਢੇ ਨਾ, ਉਹ ਸ਼ੈਤਾਨ ਵਾਹਿਗੁਰੂ ਦੇ ਖਾਲਸੇ ਦੇ ਖਿਲਾਫ, ਜਦੋਂ ਉਹ ਵਾਹਿਗੁਰੂ ਦੇ ਖਾਲਸੇ ਨੂੰ ਹਿੱਟ ਕਰਦਾ, ਕਿਉਂਕਿ ਮਾਂ ਦਾ ਰੁਤਬਾ ਤਾਂ ਉਸ ਮਾਲਕ ਨੇ ਦਿੱਤਾ ਸੀਗਾ, ਭੈਣ ਦਾ ਰੁਤਬਾ ਤਾਂ ਉਸ ਮਾਲਕ ਨੇ ਦਿੱਤਾ ਸੀ, ਤੂੰ ਮੰਦਾ ਨਹੀਂ ਕਹਿਣਾ ਬੀਬੀ ਦੇ ਕਹਿਣ ਦੇ ਉੱਤੇ, ਜਿਹੜਾ ਭੈਣ ਨੂੰ ਬਾਹਰ ਕੱਢ ਦੇਵੇ ਨਾ ਉਹ ਬੀਬੀ ਦਾ ਗੁਲਾਮ ਹੈ ਅਤੇ ਸ਼ੈਤਾਨ, ਉਹ ਸ਼ੈਤਾਨ ਦੀ ਪੂਜਾ ਕਰਦਾ। ਦੱਸੋ ਜਿਹੜਾ ਬੰਦਾ ਆਪਣੀ ਮਾਂ ਦਾ ਨਹੀਂ ਹੈ ਉਹ ਕਿਸੇ ਦਾ ਕੀ ਹੋ ਸਕਦਾ? ਜਦੋਂ ਜਿਹੜਾ ਬੰਦਾ ਆਪਣੀ ਮਾਂ ਦਾ ਨਹੀਂ ਨਾ ਬੰਦਾ, ਉਹਦੀ ਔਲਾਦ ਵੀ ਉਹਦਾ ਨਹੀਂ ਬਣਦੀ, ਬਲਕਿ ਉਹਨੂੰ ਚੁੱਕ ਕੇ ਐਸੀ ਜਗ੍ਹਾ 'ਤੇ ਐਸੀ ਜਗ੍ਹਾ 'ਤੇ ਸੁੱਟਦੀ ਹੈ ਕਿ ਉਹ ਫਿਰ ਸਾਰੀ ਉਹ ਫਿਰ ਯਾਦ ਹੀ ਰੱਖਦਾ। ਹੁਣ ਅੱਜ ਵੀ ਕਿਸੇ ਬੰਦੇ ਨੂੰ ਕਿਸੇ ਬਿਮਾਰੀ ਦਾ ਕੋਈ ਜਿਹੜਾ ਪਤਾ ਨਾ ਲੱਗਦਾ ਹੋਵੇ, ਡਾਕਟਰਾਂ ਨੂੰ ਵੀ ਉਸ ਬਿਮਾਰੀ ਦਾ ਪਤਾ ਨਾ ਲੱਗਦਾ, ਜਿਹੜੇ ਬੜੇ ਪੜ੍ਹੇ ਲਿਖੇ ਅਤੇ ਬੜੇ ਅੱਖਾਂ ਖੋਲ੍ਹ ਕੇ ਵੇਖਦੇ ਜਿਹੜੇ ਹਰ ਸ਼ੈ, ਜਿਹੜੇ ਖਾਬ ਜਿਹੜਾ ਹੁੰਦਾ ਨਾ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ, ਜਿਹੜੇ ਬੜੇ ਸਾਇੰਸਦਾਨ ਬਣੇ ਫਿਰਦੇ ਆ, ਅੰਨੇ ਦੇ ਅੰਨੇ, ਜਿਹਨਾਂ ਦੀ ਬਿਮਾਰੀ ਸਮਝ ਵਿੱਚ ਨਹੀਂ ਨਾ ਆਉਂਦੀ, ਜਿਹਨਾਂ ਨੂੰ ਰੂਹਾਨੀ ਬਿਮਾਰੀ ਹੈ ਨਾ, ਜਾਓ ਦਰਬਾਰ ਸਾਹਿਬ 'ਤੇ ਜਾ ਕੇ ਟੁੱਬੀ ਮਾਰੋ, ਟੁੱਬੀ ਮਾਰ ਕੇ ਜਦੋਂ ਬਾਹਰ ਆਉਣਗੇ ਨਾ, ਕਹਿਣਗੇ ਇਸ਼ਨਾਨ ਕੀਤਾ ਅਤੇ ਮੇਰਾ ਤਾਂ ਕੈਂਸਰ ਠੀਕ ਹੋ ਗਿਆ। ਹਾਂਜੀ, ਅੱਜ ਵੀ ਰੂਹਾਨੀ ਤਾਕਤ ਮਿਲਦੀ, ਅੱਜ ਵੀ ਰੂਹਾਨੀਅਤ ਮਿਲਦੀ। ਸੋ ਇਸ ਕਰਕੇ ਬਾਬਾ ਦੀਪ ਸਿੰਘ ਕੋਲ ਰੂਹਾਨੀ ਤਾਕਤ ਸੀ। ਹਾਂਜੀ, ਅਤੇ ਰੂਹਾਨੀਅਤ ਕਿਸੇ ਦੀ ਸਮਝ ਵਿੱਚ ਹੁੰਦੀ ਨਹੀਂ ਹੈ, ਅਤੇ ਜਿਹੜਾ ਬੰਦਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰੇ, ਜਿਹੜਾ ਬੰਦਾ ਇਹਦੇ ਉੱਤੇ ਬੋਲੇ ਨਾ, ਉਹ ਸ਼ੈਤਾਨ। ਹਾਂਜੀ, ਜਿਹੜਾ ਬੰਦਾ ਤਖਤਾਂ ਨੂੰ ਹੱਥ ਪਾਵੇ ਉਹ ਸ਼ੈਤਾਨ ਹੈ। ਇਸ ਕਰਕੇ ਜਿਹੜਾ ਇਹਨਾਂ ਦਾ ਮੈਸੇਜ ਸੀਗਾ ਇੱਕੋ, ਕਿਉਂਕਿ ਸ਼ੈਤਾਨ ਲੜਦਾ ਨਹੀਂ ਹੈ, ਉਹ ਡਰਦਾ ਵੈ, ਉਹਦੇ ਕੋਲ ਲੜਨ ਦੀ ਹਿੰਮਤ ਹੀ ਨਹੀਂ ਹੈ। ਉਹ ਕਦੀ ਲੜਦਾ ਦੇਖਿਆ ਸ਼ੈਤਾਨ ਨੂੰ ਤੁਸੀਂ? ਇਹ ਦੱਸੋ ਬਜ਼ਰਾ, ਸ਼ੈਤਾਨ ਕਦੀ ਨਹੀਂ ਗਾ ਲੜਦਾ, ਸ਼ੈਤਾਨ ਡਰਦਾ ਹੀ ਹੈ। ਸੋ ਇਸ ਕਰਕੇ ਜਦੋਂ ਵਾਹਿਗੁਰੂ ਦੇ ਖਾਲਸੇ 'ਤੇ ਹੱਥ ਪਾਓ, ਕੋਈ ਬੰਦਾ ਹੱਥ ਪਾਵੇ ਨਾ, ਬਾਬਾ ਦੀਪ ਸਿੰਘ ਵਰਗਾ ਬਾਬਾ ਬਾਹਰ ਆ ਕੇ ਅਤੇ ਭਜਾ ਸਕਦਾ ਵੈ। ਦੱਸੋ ਇੱਕ ਬਾਬੇ ਦੀ ਤਾਕਤ ਇੰਨੀ ਹੈ, ਅਤੇ ਜਿਹੜੇ ਅੱਜ ਦੇ ਜਿਹੜੇ ਸਿੰਘ ਹੈ ਅੱਜ ਵੀ ਅਗਰ ਹੱਥ ਪਾਉਂਦੇ ਹੈ ਉਹ ਤਖਤ ਦੇ ਉੱਤੇ ਹੱਥ ਪਾਉਂਦੇ ਆ, ਅੱਜ ਵੀ ਅਗਰ ਹੱਥ ਪਾਉਂਦੇ ਹੈ ਤਾਂ ਉਹ ਬਾਣੇ ਦੇ ਉੱਤੇ ਹੱਥ ਪਾਉਂਦੇ, ਕਿਉਂਕਿ ਬਾਣਾ ਕਿਹਦੀ ਦੇਣ ਹੈ? ਉਸ ਮਾਲਕ ਦੀ ਦੇਣ, ਉਸ ਮਾਲਕ ਦੀ ਦੇਣ ਦੇ ਉੱਤੇ ਹਮੇਸ਼ਾ ਸ਼ੈਤਾਨ ਹੱਥ ਪਾਉਂਦਾ, ਅਤੇ ਸ਼ੈਤਾਨ ਜਦੋਂ ਹੱਥ ਪਾਵੇ ਨਾ ਤਾਂ ਸਾਹਮਣੇ ਆ ਕੇ ਖਲੋਇਓ, ਸ਼ੈਤਾਨ ਉੱਦਾਂ ਹੀ ਦੌੜ ਲੱਗ ਜਾਂਦਾ। ਹਾਂਜੀ, ਸੋ ਇੱਕੋ ਉਹ ਬੜਾ ਵਧੀਆ ਮੈਸੇਜ ਹੈ, ਕਿਉਂਕਿ ਜਦੋਂ ਇੱਕ ਹੋਵੋਗੇ ਤਾਂ ਸਿਸਟਮ ਚੱਲਦਾ ਹੀ ਇੱਕ ਨਾਲ, ਉਹ ਮਾਲਕ ਇੱਕ ਹੈ। ਜਦੋਂ ਵਾਹਿਗੁਰੂ ਦਾ ਖਾਲਸੇ ਥੱਲੇ ਇੱਕ ਹੋਵੋਗੇ ਨਾ, ਜਕਾਰੇ ਲਾਓਗੇ ਨਾ, ਉਹਦੀ ਤਾਕਤ ਬੜੀ ਹੈ। ਜਦੋਂ ਅਕਾਲ ਤਖਤ ਵਾਹਿਗੁਰੂ ਦਾ ਖਾਲਸਾ, ਜਦੋਂ ਉੱਥੇ ਇੱਕ ਹੋਵੋਗੇ ਨਾ ਤਾਂ ਵਾਹਿਗੁਰੂ ਦਾ ਖਾਲਸਾ ਹੋਏਗਾ ਤਾਂ ਵਾਹਿਗੁਰੂ ਜੀ ਦੀ ਫਤਿਹ ਹੋਏਗੀ। ਹਾਂਜੀ, ਇੱਥੋਂ ਡਰ ਹੈ ਇਹਨਾਂ ਨੂੰ, ਇੱਥੋਂ ਇਹਨਾਂ ਨੂੰ ਬੜੀ ਤਕਲੀਫ ਹੈ ਕਿ ਵਾਹਿਗੁਰੂ ਦੇ ਖਾਲਸੇ ਨੂੰ ਕਿਉਂ ਹੱਥ ਪਾਉਂਦੇ, ਕਿਉਂਕਿ ਵਾਹਿਗੁਰੂ ਦਾ ਖਾਲਸਾ ਨਹੀਂ ਹੋਏਗਾ ਤਾਂ ਵਾਹਿਗੁਰੂ ਦੀ ਫਤਿਹ ਹੀ ਨਹੀਂ ਹੋਏਗੀ। ਬਸ, ਸ਼ੈਤਾਨ ਹਮੇਸ਼ਾ ਵਾਹਿਗੁਰੂ ਦੇ ਖਾਲਸੇ ਨੂੰ ਹੱਥ ਪਾਉਂਦਾ, ਹਮੇਸ਼ਾ ਵਾਹਿਗੁਰੂ ਦੇ ਖਾਲਸੇ ਦੇ ਉੱਤੇ ਗੱਲ ਕਰਦਾ, ਹਮੇਸ਼ਾ ਦੂਜਿਆਂ ਦੀਆਂ ਕੁੜੀਆਂ ਦੇ ਨੁਕਸ ਕੱਢਦਾ ਅਤੇ ਆਪਣੇ ਮੁੰਡੇ ਨੂੰ ਤਾਂ ਕਰਦਾ, ਉਸ ਮਾਲਕ ਦੀ ਦੇਣ, ਉਹ ਵੀ ਉਹਦਾ ਮੁੰਡਾ ਵੀ ਉਸ ਮਾਲਕ ਦੀ ਦੇਣ। ਹਾਂਜੀ,
ਵਾਹਿਗੁਰੂ ਦੇ ਖਾਲਸੇ ਦੇ ਉੱਤੇ ਨੁਕਸ ਕੱਢਣ ਵਾਲੇ ਉਹ ਸ਼ੈਤਾਨ ਹੈ, ਅਤੇ ਜਿਹੜਾ ਦੂਜਿਆਂ ਦੇ ਮੁੰਡਿਆਂ ਦੇ ਉੱਤੇ ਨੁਕਸ ਕੱਢਦਾ, ਜਿਹੜਾ ਬੰਦਾ ਢਿੱਡੋਂ ਸਾਫ਼ ਨਹੀਂ, ਉਸ ਮਾਲਕ ਦਾ ਹੁਕਮ ਹੈ ਤੇਰੇ ਢਿੱਡ ਦੇ ਜੰਮਿਆਂ ਹੋਇਆਂ ਬੱਚਿਆਂ ਦੇ ਵਿੱਚ ਮੈਂ ਸਕੂਨ ਨਹੀਂ ਕਰਨਾ ਅਤੇ ਨਹੀਂ ਹੋਣਾ, ਉਹਨੇ ਮਰਨਾ ਵੀ ਸਕੂਨ ਦੇ ਨਾਲ ਲੇਗਾ। ਹਾਂ, ਸੋ ਇੱਕ ਹੋਵੋ ਅਤੇ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਬਸ ਬਾਕੀ ਜੋ ਮੈਂ ਆਪਣੀ ਮੁਸਲਮਾਨ ਦੇ ਵਿੱਚ ਜੋ ਮੈਂ ਸਮਝਿਆ ਸੀ ਉਹ ਤੁਹਾਨੂੰ ਦੱਸਦਾ, ਬਾਕੀ ਤੁਹਾਡਾ ਹੀ ਖਿਆਲ ਹੈ, ਤੁਹਾਡੀ ਕੀ ਰਾਏ ਹੈ ਤੁਸੀਂ ਥੱਲੇ ਕਮੈਂਟ ਬੋਕਸ ਲਾਤਮੀ ਦੱਸੋ।